ਉਤੇ ਅਜੇ ਸਮ੍ਰਿਤੀ ਰਾਣੀ ਕੇ ਉਤੇ ਕਨੇ ਮੈਡਮੋਰੀ ਜੁੜਿਆ ਉਸ ਉਸ ਕਨੇ ਅਜੇ ਇੱਕ ਪਾਸੇ ਕੀਤਾ ਔਰ ਉਸਨੇ ਜਨਰਲ ਕੁਸਾ ਨਾ ਨਹੀਂ ਲਿਆ ਉਹਦੇ ਚ ਦੋਨੋ ਰਾਉਂਡ ਚ ਬੀਜੇਪੀ ਇੱਕ ਸੀਟ ਮਿਲਾਦੀ ਔਰ ਤਰੇ ਸੀਟਾਂ ਉਹਦੇ ਕੋਲ ਬਾਹਰ ਜਾਦੀਆਂ ਕਿ ਡਿਪੈਂਡੈਂਟ ਜਿੱਤਾਦੇ ਔਰ 2 35 ਪਾਰਟੀ ਜੀ ਬੀਜੇਪੀ ਕੋਲ ਜਿਹੜੇ ਤਾਮਤੰਤਰ ਹਨ ਜਿਹੜੇ ਵੀ ਅਸ ਉਸੇ ਮੈਂ ਉਹਨੂੰ ਐਕਸਪਲੇਨ ਨਹੀਂ ਕਰ ਸਕਦਾ ਹੁੰਦਾ ਇੱਕ ਮਕਸਦ ਹੈ ਉਹਨੇ ਦੇਖਿਆ ਕਿ ਇੱਥੇ 35 ਪਾਰਟੀ ਅਗਰ ਉਦੋਂ ਪੁਰਚਕਰ ਟਾਪ ਕਰਦੀ ਹੈ ਉਦੋਂ ਪੁਰ ਚੀਰਮੈਨ ਬਣਾਦੀ ਹੈ ਇਟ ਮੀਨਸ ਇਹ ਲੀਡਰਿੰਦੇ ਖੁੱਲੇ ਹੋਈ ਹੈ ਔਰ ਇਹਨਾਂ ਜੰਮੂ ਚਾਹੀਏ ਫਿਰ ਪੂਰੇ ਜੰਮੂ ਸੰਭਾਗ ਚਾਹੀਏ ਨੇ اپੋਜੀਸ਼ਨ ਕਰ ਮਸ਼ੀਨਰੀ ਦਾ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਕੀਤਾ ਹੈ ਮਿਸਯੂਜ਼ ਆਫ ਗਵਰਨਮੈਂਟ ਮਸ਼ੀਨ ਤੁਸੀਂ ਕਹਦੇ ਕਿ ਬੀ ਜੀ ਪੀ ਦੀ ਲੋਕ ਹੈ ਵੋਟ ਕੀ ਦਿੱਤਾ ਪਰਸੈਂਟੇਜ ਕਰਨੇ ਦਾ ਪਤਾ ਲੱਗਣਾ ਨਾ ਕਿ ਅਜੀ ਅਗਰ ਪ੍ਰੋਫੈਸਰ ਸਾਹਿਬ ਉਥੇ ਮਿਲਣੇ ਚਲੇ ਹੀਏ ਲੋਕ ਸਾਡਾ ਮਗਰੋ ਇਹ ਮਾਰੇ ਤੁਸੀਂ ਤੁਸੀਂ ਬੁਕਾਰਦੇ ਬੰਦੇ ਹੀ ਹੈ नमस्कार जम्मू संवाद में आपका स्वागत है मैं हूँ ललित खजूरिया आज हम बात करेंगे बलवंत मंगोटिया जी के साथ और जानेंगे की आखिर कहाँ कमी हो गई इतना जोश और लगातार सोशल मीडिया पर एक्टिव रहे फिर भी जनता ने कहीं ना कहीं इनको स्वीकार नहीं किया सर स्वागत आपका थैंक यू धन्यवाद बलवंत जी ਕੁੱਥੇ ਕਮੀ ਹੋਈ ਹੈ ਮਤਲਬ ਕਿ ਇਨਨੇ ਜੋਸ਼ ਇਨਾ ਹੋਸ਼ ਵੀ ਹੈ ਸਭ ਕੁਝ ਹੈ ਹਾਂ ਤੇ ਪਬਲਿਕ ਸਵੀਕਾਰ ਕਰਨੇ ਕਰਾ ਰਹੀ ਹੈ ਨੇ ਪਬਲਿਕ ਨੇ ਰਿਜੈਕਟ ਨਹੀਂ ਕੀਤਾ ਹੈ ਪਬਲਿਕ ਨੇ ਰਿਜੈਕਟ ਨਹੀਂ ਕੀਤਾ ਸਾਨੂੰ ਅਗਰ ਤੁਸੀਂ ਦੇਖੋ ਕਿ ਜਿਹੜਾ ਪਿਛਲੇ ਪਾਰਲੀਮੈਂਟ ਦਾ ਚੋਣ ਹੋਇਆ ਉਸ ਪਾਰਲੀਮੈਂਟ ਦੇ ਚੋਣ ਚ ਡਿਸਟ੍ਰਿਕਟ ਉਦਮਪੁਰ ਦਾ ਸਾਨੂੰ ਕਿਉਂਕਿ ਲੋਕਲ ਸਾੜੇ ਪਾਰਟੀ ਦੇ ਚੇਅਰਮੈਨ ਇਲੈਕਸ਼ਨ ਲੜਾਦੇ ਸੀ ਲੇਕਿਨ ਲੋਕਾਂ ਦਾ ਚਲੋ ਮੰਨ ਤੇ ਪਾਰਲੀਮੈਂਟ ਚ ਦਿੱਲੀ ਵਾਲਾ ਪਾਸਿਆ ਹਾਲੇ ਉਹਦੇ ਬਾਵਜੂਦ ਵੀ ਸਾਡੀ ਲੋਕਲਿਟੀ ਵੀ ਇਹੀ ਔਰ ਕੰਮ ਵੀ ਕੀਤਾ ਲੇਕਿਨ ਸਾਨੂੰ ਲਗਭਗ सत्रह सैवंटीन थाउसेंड सिर्फ सत्रह हज़ार वोट अज को डेढ़ साल पहले डिस्ट्रिक्ट ऊधमपुर सू मिले और अलग अखो कि इस इलेक्शन असें सतर हजार छह सौ पोट जानि कि अठहत्तर हज़ार के करीब वोट लिया यानी कि असें सट्ठ हजार वोट डेढ़ साल के अंदर असें बधाया और बीजेपी ने घटाया उन्हें तो डबल घटाया लेकिन मैं आखना कि लोगें रजैक्ट सी क्या है लेकिन कुत ना कुत ਆ ਵੋਟ ਬੈਂਕ ਤੇ ਸਾਡਾ ਸਿਰਫ ਅਗਰ ਡਿਫਰੈਂਸ ਦੇਖੀਏ ਬੀਜੇਪੀ ਔਰ ਪੈਂਥਰਸ ਪਾਰਟੀ ਦਾ ਡਿਸਟ੍ਰਿਕਟ ਉਦਮ ਬਸ ਬਹੁਤ ਟਾਈਟ ਫਾਈਟ ਰੇਸ ਹੋਈ ਹੈ ਤੇ 95000 ਹੁੰਦਾ ਤੇ 77 78 70 ਸਾਢੇ 70 ਸਾਢੇ ਆ ਤੇ ਯਾਨੀ ਕਿ 17000 ਦੇ ਕਰੀਬ ਡਿਫਰੈਂਸ ਹੈ ਸਾਡਾ ਲੇਕਿਨ ਉਸ ਉਸੀ ਜੀਤ ਚ ਸਸਦ ਨਹੀਂ ਬਦਲੀ ਪਾਈ ਲੇਕਰ ਤੁਸੀਂ ਦੇਖੋ ਕਿ ਜਿਹੜਾ ਪਹਿਲਾ ਦੋ ਰਾਉਂਡ ਦੀ ਇਲੈਕਸ਼ਨ ਹੋਈ ਜਿਹਦੇ ਚ 28 ਔਰ ਪਹਿਲਾ ਉਹਦੇ ਚ ਦੋਨੋਂ ਰਾਉਂਡ ਚ ਬੀਜੇਪੀ ਇੱਕ ਸੀਟ ਮਿਲਾਦੀ ਔਰ ਤਰੇ ਸੀਟਾਂ ਉਹਦੇ ਕੋਲੋਂ ਬਾਹਰ ਜਾਦੀ ਹੈ ਕਿ ਇੰਡੀਪੈਂਡੈਂਟ ਜੀਤਾਦੀ ਹੈ ਔਰ ਦੋ ਪੈਂਥਰ ਉਹਦੇ ਬਾਅਦ ਬੀਜੇਪੀ ਸੈਂਬਲੀ ਕੀ ਪੰਥਰ ਪਾਰਟੀ ਆ ਸਲਾਈਟਲੀ ਨਹੀਂ ਲੈ ਸਕਦੇ ਹਨ ਪੰਥਰ ਪਾਰਟੀ ਸਟੈਂਡ ਸਮਵੇਅਰ ਹੋਰ ਅਸੀਂ ਇਥੇ ਉਹਨੇ ਡੋੜਿਆ ਉਹਦੇ ਬਾਅਦ ਉਹਨੇ ਆਪਣੀ ਸੈਂਟਰ ਲੀਡਰਸ਼ਿਪ ਕੀ ਪੂਰਾ ਇਨਵੋਲਵ ਕਰ ਲਿਆ ਤਾਂ ਉਹਦਾ ਬਾਅਦ ਬੀਜੇਪੀ ਕੋਲ ਜਿਹੜੇ ਤਾਮ ਤੰਤਰ ਹਨ ਜਿਹੜੇ ਵੀ ਅਸ ਉਸੀ ਮੈਂ ਉਹ ਐਕਸਪਲੇਨ ਨਹੀਂ ਕਰ ਸਕਦਾ ਉਹਨੇ ਵਟੈਵਰ ਜੋ ਪੈਸੀਬਲ ਹਾ ਕਿ ਉਹਦਾ ਇੱਕ ਮਕਸਦ ਹਾ ਉਹਨੇ ਦੇਖਿਆ ਕਿ ਇੱਥੇ ਪੈਂਥਰਸ ਪਾਰਟੀ ਅਗਰ ਉਦਮਪੁਰ ਚ ਅਗਰ ਟਾਪ ਕਰਦੀ ਹੈ ਉਦਮਪੁਰ ਚੇਅਰਮੈਨ ਬਣਾਦੀ ਹੈ ਇਟ ਮੀਨਸ ਇਹ ਲੀਡਰਿੰਦੇ ਖੁੱਲ੍ਹੇ ਹੋਈ ਹੈ ਔਰ ਇਹਨੇ ਜੰਮੂ ਚਾਹੀਏ ਫਿਰ ਪੂਰੇ ਜੰਮੂ ਸੰਭਾਗ ਚਾਹੀਏ ਨੇ ਆਪੋਜੀਸ਼ਨ ਕਰਨੀ ਹੈ ਤਾਂ ਉਹਦਾ ਮਕਸਦ ਹਾ ਉੱਥੇ ਰੋਕੀ ਹਾ ਉਹਦਾ ਮਕਸਦ ਹਾ ਕਿ ਉਹਦਾ ਡੀਡੀਸੀ ਦਾ ਇਹਨਾ ਮਕਸਦ ਨਹੀਂ ਹਾ ਉਹਨਾਂ ਕਿ ਪੈਂਥਰਸ ਪਾਰਟੀ ਕਿੱਥੇ ਰੋਕੇ ਜਾ ਤਾਂ ਕਿ ਇੱਥੇ ਬਿਲਕੁਲ ਹਰਿਆਣ ਤੇ ਬਾਹਰ ਜਾਈਏ ਕੇਸ ਨਾਮ ਤੇ ਉਹ ਤੇ ਕਾਮਯਾਬ ਹੋਈ ਹੈ ਨਾ ਫਿਰ ਬਿਲਕੁਲ ਕਾਮਯਾਬ ਹੋਈ ਹੈ ਲੇਕਿਨ ਇੱਕ ਗੱਲ ਮੈਂ ਅਖਣਾ ਕਿ ਸਿਰਫ ਵੋਟਾਂ ਕਰਨੇ ਦਾ ਕਾਮਯਾਬ ਨਹੀਂ ਹੋਇਆ ਨਾ ਉਹਨੇ ਜਿਹੜਾ ਹੈ ਡੈਮੋਕ੍ਰੈਟਿਕ ਤਰੀਕਾ ਕਰਨੇ ਸਾਨੂੰ ਨਹੀਂ ਰਿਹਾ ਸਾਨੂੰ ਚਲੋ ਪਾਰਟੀ ਜਿਹੜੀ ਵੱਡੀ ਹੈ ਉਸ ਪਾਰਟੀ ਦੇ ਅੱਜ ਤੁਸੀਂ ਦੇਖੋਗੇ ਪੰਚਾਇਤ ਦਾ ਚੋਣ ਹੋਦਾ ਔਰ ਤੁਹਾਡੇ ਕੇਂਦਰ ਦੇ ਮੰਤਰੀ ਉਦੋਂ ਪੁਰਾਈ ਹੈ 15-15 ਦਿਨ ਮਹੀਨਾ ਮਹੀਨਾ ਡੇਰਾ ਲਾਈ ਇਹ ਬਾਦ ਹੈ ਅਸੀਂ ਉਸ ਚੀਜ਼ ਦੀ ਵੀ ਪਰਵਾਹ ਨਹੀਂ ਹੈ ਉਸਦੇ ਵੀ ਅਸੀਂ ਕੋਈ ਟੈਨਸ਼ਨ ਨਹੀਂ ਹੈ ਉਹਦੇ ਕੋਲ ਜਿਹੜਾ ਬਾਕੀ ਐਕਸਟਰਾ ਜਿਹੜੀਆਂ ਚੀਜ਼ਾਂ ਜਿਹੜੀਆਂ ਇਲੈਕਸ਼ਨ ਚ ਜਿਹੜੀਆਂ ਆਊਟ ਆਫ ਵੇ ਜਿਸੀ ਕਰਨੇ ਉਹ ਯੂਜ਼ ਕੀਤੀ ਅਸੀਂ ਉਹਦੀ ਵੀ ਟੈਨਸ਼ਨ ਨਹੀਂ ਹੈ ਲੇਕਿਨ ਜਿਹੜਾ ਉਹਨੇ ਮਸ਼ੀਨਰੀ ਦਾ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਕੀਤਾ ਹੈ ਮਿਸਯੂਜ਼ ਆਫ ਗਵਰਨਮੈਂਟ ਮਸ਼ੀਨਰੀ ਉਹਦੇ ਗਰਨਈ ਪੰਚਾਇਤ ਹੈ ਗਰਨਈ ਜਿਹੜਾ ਟਿਕਰੀ ਡੀਡੀਸੀ ਕੰਸਟੀਟੂਐਂਸੀ ਚ ਆਂਦਾ ਹੈ ਉੱਥੇ ਸਾਡਾ ਸਰਪੰਚ ਦੀ ਸੀਟ ਜਿਹੜੀ ਖਾਲੀ ਹੋਦੀ ਉਥੇ ਬੀਜੇਪੀ ਦੇ ਚੇਅਰਮੈਨ ਬਣੇ ਰਹੇ ਉਹ ਸੀਟ ਪਰ ਸਾਡੇ ਵਿਕਰਮ ਬੰਦਰਾ ਹਾਲ ਜੀ ਇਲੈਕਸ਼ਨ ਲੜਾ ਰਹੇ ਔਰ ਉਸ ਉਹਨੇ ਕੀ ਆਪਸ਼ਨ ਦਿੱਤਾ ਜੀਆ ਦੋ ਤਰੇ ਆਪਸ਼ਨ ਰਾਈਟ ਦੋ ਤਰੇ ਜਿਹੜਾ ਆਪਸ਼ਨ ਦਿੱਤੇ ਉਹਦੇ ਚੁਣੀ ਆਪਸ਼ਨ ਤਾਂ ਉਹਨੇ ਬੈਟ ਆਪਸ਼ਨ ਚੁਣ ਲਿਆ ਆਪਣਾ ਅੱਛਾ ਉਹਨੇ ਬੈਟ ਆਪਣਾ ਨਿਸ਼ਾਨ ਬੈਟ ਚੁਣ ਲਿਆ ਲੇਕਿਨ ਜਿਹੜਾ ਦੂਆ ਪਾਸੇ ਡੀਡੀਸੀ ਦਾ ਚੋਣ ਹੋਆ ਉਹਦੇ ਜਿਹੜਾ 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 ਪਾਰਟੀਆਂ ਦੇ ਸਾਰੇ ਇਹ ਆ ਨਿਸ਼ਾਨ ਬਣੇਦੇ ਉਹਦੇ ਜੀਆਂ ਸਾਈਕਲ ਹਾ ਆਥਾ ਹਾ ਕਮਲ ਹਾ ਜੋ ਵੀ ਆ ਤਾਂ ਉਹਦੇ ਚ ਆਪਣੀ ਪਾਰਟੀ ਕੀ ਨੇ ਰਿਜ਼ਰਵਰ ਖਿਦਾ ਬੈਠ। ਤਾਂ ਇੱਕ ਪੋਲਿੰਗ ਸਟੇਸ਼ਨ ਉਪਰ ਦੋ ਕੈਂਡੀਡੇਟ ਕੀ ਬੈਠ ਨਿਸ਼ਾਨ ਮੇਰਾ ਦਾ। ਹੁਣ ਸਾਡੇ ਜਿਹੜੇ ਲੋਕ ਇਹ ਸਾਡੇ ਲੋਕ ਇਹ ਜਿਹੜਾ ਜਿਹੜਾ ਸਿੱਧਾ ਬੈਠ ਕੇ ਵੋਟ ਪਾਣੇ ਜਿਹੜਾ ਸਿੱਧਾ ਬੈਠ ਜਿਹੜਾ ਜਿਹੜੀ ਪਛਾਣ ਨਹੀਂ ਪਾ ਗਾ। ਸਰਪੰਚ ਪੈਂਥਰਸ ਪਾਰਟੀ ਦਾ ਨਹੀਂ ਨਹੀਂ ਬਿਲਕੁਲ ਪਛਾਣਿਆ ਉਹਨੇ। ਸਰਪੰਚ ਪੈਂਥਰ ਪਾਰਟੀ ਦਾ ਜਿਹੜਾ ਉਹਦਾ ਜਿਹੜਾ ਐ ਤੇ ਇੰਡੀਪੈਂਡੈਂਟ ਹਾ ਕਿਉਂਕਿ ਸਰਪੰਚ ਦਾ ਪਾਰ ਤੋ ਉਥੇ ਜਿਹੜਾ ਜਿਹੜਾ ਡਾਇਰੈਕਟ ਪਹਿਲੇ ਬੋਟ ਪਾਣੇ ਗਿਆ ਸਰਪੰਚ ਦਾ ਉਸੇ ਉਥੇ ਸਾਈਕਲ ਹੈ ਨਿਲਬਿਆ ਤੋਨੇ ਬੈਟ ਉਰ ਪਾਈ ਆਈ ਆ ਜਿਹੜਾ ਪਹਿਲੇ ਚਲੀ ਡीडीसी ਪਾਣੀ ਤੋ ਉਸ ਉਸ ਵੈਲਿਡ ਪੇਪਰ ਉਸੇ ਸਾਈਕਲ ਵੀ ਲੱਭੀ ਆ ਤੇ ਬੈਟ ਵੀ ਲੱਭੀ ਆ ਉਥੇ ਉਥੇ ਸਾਡਾ ਲੋਕ ਹੈ ਜਿਹੜਾ ਉਹਨੇ ਕੀ ਗਾਈਡ ਕੀਤਾ ਦਾ ਲੋਕ ਕਹਿੰਗੇ ਦੋ ਬੋਟ ਪਾਣੇ ਤਾਂ ਹੈ ਦੋ ਜਿਹੜਾ 35 ਪਾਰਟੀ ਗਾਈਡ ਕੀਤਾ ਦੋ ਬੋਟ ਪਾਣੇ ਇੱਕ ਸਾਈਕਲ ਕੀ ਪਾਣਾ ਇੱਕ ਬੈਟ ਕੀ ਪਾਣਾ ਜੇ ਲੋ ਸਾਈਕਲ ਹੀ ਪਾਣੇ ਕਰਨੇ ਸੀ ਬੈਟ ਵੀ ਲੱਭਿਆ ਉਹਦੇ ਚੱਕ ਕੇ ਲੋਕ ਕਨਫਿਊਜ਼ ਹੋਈਏ ਕਿਛ ਨਹੀਂ ਮਤਿਆਰੇ 170 170 170 ਬੋਟ ਕਰਨਾ ਰਹੀ ਐਸ ਤਾਂ ਕੀ ਇਹ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਨਹੀਂ ਹੈ ਕਿਉਂਕਿ ਜਿਹੜੇ ਲੋਕ ਦਿਖਾ ਰਹੇ ਉਹਦੇ ਇਹ ਤਾਂ ਕੋਸ ਸੰਵਿਧਾਨ ਚ ਜਿਸ ਲੈ ਅਗਰ ਤੁਸੀਂ ਆਪਣੀ ਪਾਰਟੀ ਦਾ ਨਿਸ਼ਾਨ ਰਿਜ਼ਰਵ ਕਰੂੜੇ ਬੈਠ ਤੇ ਤੁਸੀਂ ਦੋਈ ਬੈਟੀਆਂ ਦੇ ਸਕਦੇ ਤਾਂ ਤੁਸੀਂ ਦੋਈ ਬੈਠ ਜਾਈ ਇਟ ਮੀਨ ਤੁਸੀਂ ਕਨਫਿਊਜ਼ ਕੀਤਾ ਔਰ 14 ਬੋਟਾਂ ਨੇ ਜਿਥਾ ਰਹਣ ਨੇ ਤਾਂ 170 ਨੇ ਸੜਕ ਖਰਾਬ ਕਰੇੜਿਆ ਮਤਲਬ ਕਿ ਉਹਦੇ ਉਹਦਾ ਬੈਡ ਮਜ਼ਬੂਤ ਰਹੀਆ ਫਿਰ ਬਿਲਕੁਲ ਬਿਲਕੁਲ ਅੱਛਾ ਇੰਗਾਂ ਦਾ ਤੁਸੀਂ ਦੇਖੋ ਕਿ ਆ ਚਲੋ ਇਹ ਤਾਂ ਸਭ ਠੀਕ ਹੈ ਇਹ ਤਾਂ ਉਹਨੋ ਹੀ ਹੈ ਨਾ ਜਿੱਥੇ ਤੁਸੀਂ ਇੰਨੇ ਮੁੱਦੇ ਚੁੱਕੇ ਸਟੇਟ ਉੱਤ ਦਾ ਸਟੇਟ ਉੱਤ ਦਾ ਮੁੱਦਾ ਤੁਸੀਂ ਚੁੱਕਿਆ 4G ਦਾ ਤੁਸੀਂ ਚੁੱਕਿਆ ਚਲੋ ਉਦਮਪੁਰ ਚ ਤੇ ਚਲਾਦਾ ਫਿਲਹਾਲ ਰੱਖੀ ਦੇ ਨਹੀਂ ਚਲਾਦਾ ਨਹੀਂ ਚਲਵਾਇਆ ਚਲਵਾਇਆ ਹਾਂ ਚਲੋ ਚਲਾਵਾਂ ਚਲਾਵਾਇਆ ਲੇਕਿਨ ਬੇਰੋਜ਼ਗਾਰੀ ਗੱਲ ਤੁਸੀਂ ਕਰਾ ਰਹੇ ਹੋ ਔਰ ਵੀ ਤੁਸੀਂ ਆਖ ਰਹੇ ਹੋ ਬਲਾ ਇੱਥੇ ਸਭ ਕੁਝ ਬਲ ਖਾਰਾ ਨਹੀਂ ਹੈ ਤੇ ਲੋਕੇ ਉਹ ਕਿਉਂ ਨਹੀਂ ਉਹ ਚੀਜ਼ਾਂ ਜਿਹੜੇ ਮੁੱਦੇ ਹੋ ਲੋਕੇ ਪਸੰਦ ਨਹੀਂ ਆਏ ਜਾਂ 4G ਚਲੀ ਪਿਆ ਤਾਂ ਨਾ ਕਿਹਾ ਚਲੋ ਜੀ 4G ਮਿਲ ਗਿਆ ਭੁੱਲੀਓ ਪੈਂਥਰ ਆ ਉਹ ਨਹੀਂ ਤੁਹਾਡੀ ਵੇਖਣੇ ਚਲੇ ਆ ਤੇ ਆ ਨਹੀਂ ਐਸੀ ਕੋਈ ਗੱਲ ਨਹੀਂ ਹੈ ਤੂੰ ਤੂੰ ਅਗਰ ਤੂੰ ਉਪਰ ਹਲ ਲਿਖ ਲਾਉਣਾ ਤੂੰ ਉਪਰ ਜਿਹੜੀ ਵੋਟ ਪਰਸੈਂਟੇਜ ਅਗਰ ਦੇਖੀਏ ਨਾ ਠੀਕ ਹੈ ਜੀ ਉਹ ਵੋਟ ਨਹੀਂ ਇਹ ਕਰਨੀ ਹੈ ਨਾ ਨਾ ਸੀਟੇ ਥਰੀ ਨਾ ਬਦਲੀ ਭਾਈ ਇਹੇ ਪਰ ਮੰਤਨ ਹੋਣਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੁਸੀਂ ਕਹਦੇ ਕਿ ਬੀਜੇਪੀ ਲੋਕ ਹੈ ਵੋਟ ਕੀ ਦਿੱਤਾ ਪਰਸੈਂਟੇਜ ਕਰਨੇ ਦਾ ਪਤਾ ਲੱਗਣਾ ਨਾ ਉਹਨੇ 95000 ਦੇ ਕਰੀਬ ਵੋਟ ਮਿਲੇ ਔਰ ਉਦੋਂਪੁਰ 4 ਲੱਖ ਦੇ ਕਰੀਬ ਵੋਟ ਹੈ 95000 ਦਾ ਮਤਲਬ 25% ਕੋਲਾ ਥੱਲੇ 52% ਕੋਲਾ ਥੱਲੇ ਲੋਕੀ ਉਹਨੇ ਪਸੰਦ ਕੀਤਾ ਇਹਦਾ ਮਤਲਬ ਉਹ ਜੇ ਅਗਰ 37% ਉਹਨੇ ਪ੍ਰਧਾਨ ਮੰਤਰੀ ਪਿਛਲੇ 1.5 ਸਾਲ ਬੈਲਕ ਪਸੰਦ ਕੀਤਾ ਤਾਂ ਤੁਸ ਇਹ ਨਹੀਂ ਅਕਸਰ ਹੈ ਕਿ ਉਹਨੇ ਜਿਹੜਾ ਬੜਾ ਬੜਾ ਲੋਕ ਹੈ ਕਲੀਨ ਸਵੀਪ ਕੀਤੀ ਕਿ ਵਨ ਸਾਈਡ ਬੋਰਡ ਦਿੱਤਾ ਠੀਕ ਹੈ ਉਸ ਸੀ ਜਿੱਤ ਨਹੀਂ ਬਦਲੀ ਪਾਏ ਉਹਦੇ ਚ ਉਹਨੇ ਜਿਹੜੇ ਹਤਕੰਡੇ ਪਾਣਾ ਇਹ ਸਾਡਾ ਗੁਲਪਾਸੀ ਬਲ ਨਹੀਂ ਆ ਕਿਉਂਕਿ ਸਾਡਾ ਕੋਲ ਮਸ਼ੀਨਰੀ ਨਹੀਂ ਹੈ ਕੀ ਰਹੀ ਹੈ ਕਮੀਆਂ ਸਾੜੇ ਚ ਇੱਕ ਤੇ ਜਿਹੜਾ ਪਾਰਟੀਕੂਲ ਫਾਈਨਾਂਸ ਦੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਕਿਉਂਕਿ ਜਿਹੜਾ ਪੋਸਟਰ ਬੈਨਰ ਝੰਡਾ ਸਾੜੇ ਬਤੇ ਹਰੇ ਕੈਂਡੀਡੇਟ ਜਿਹਨੀਆਂ ਅਸਪਰਾ ਮਤਲਬ ਦੋ ਦਿਨ ਤਿੰਨ ਦਿਨ ਤੱਕ ਪਹਿਲੇ ਝੰਡਾ ਪ੍ਰੋਵਾਈਡ ਨਹੀਂ ਕਰ ਸਕੇ ਔਰ ਸਾੜੇ ਕੈਂਡੀਡੇਟ ਵੀ ਐਸੇ ਨਹੀਂ ਹੈ ਕਿ ਜਿੰਦੇ ਕੋਲ ਫਾਈਨੈਂਸ਼ਲੀ ਬੜੇ ਸਟ੍ਰੌਂਗ ਹੈ ਇੱਕ ਤੋਂ ਵੀ ਪ੍ਰੋਬਲਮ ਹੀ ਦੂਆ ਡਿਫੀਨਿਟਲੀ ਜਿਹੜਾ ਹੈ ਉਹ ਜਿਹੜਾ ਆਪਣੀ ਪਲੈਨਿੰਗ ਜਿਹੜਾ 28 ਤੇ ਪਹਿਲੀ ਗਿਉ ਨੇ ਜਿਹੜਾ ਦੇਖਿਆ ਗਿਆ ਸਾਫ ਹੋਈ ਹੈ ਉਹਨੇ ਆਪਣੀ ਪਲੈਨਿੰਗ ਚ ਚੇਂਜ ਕੀਤਾ ਉਹਦੇ ਚਸ ਆਪਣੀ ਪਲੈਨਿੰਗ ਚ ਜਿਹੜਾ ਥੋੜਾ ਜਿਹਾ ਮਾ ਪਲਾਨ ਚ ਕਮੀ ਹੋਣੀ ਵਜ੍ਹਾ ਕਰਨਾ ਉਹ ਅਡਵਾਂਸ ਹੋਈ ਹੈ ਔਰ ਪਿਛੇ ਰਹੀ ਹੈ ਔਰ ਉਹਦੀ ਵਜ੍ਹਾ ਕਰਨਾ ਸਰ ਜੀ ਕਿ ਉਹਨਕੇ ਮਤਲਬ ਲੋਕੀਏ ਜਿਸ ਤਰ੍ਹਾਂ ਦਾ ਸਟੇਟੂਡ ਲੋਕ ਚਾਹਦੇ ਨਹੀਂ ਹਨ ਕਿ ਸਟੇਟ ਬਣੇ ਕਿਉਂਕਿ ਵੋਟ ਜਿਹੜਾ ਪਾਵਰ ਵਿਸ਼ਵਾਸ ਦੇ ਕੇ ਜਦੋਂ ਲੋਕੀਏ ਜਿਤਾਇਆ ਟੋਲ ਪਲਾਜ਼ਾ ਉਹਨੇ ਮਨਜ਼ੂਰ ਹੈ 4G ਅਗਰ ਜੰਮੂ ਜਾਂ ਕਿਛੇ ਔਰ ਦੂਏ ਲਬ ਮਤਲਬ ਦੋ ਡਿਸਟ੍ਰਿਕਟੇ ਛੋੜੀ ਅਗਰ ਬਾਕੀ ਜਗ੍ਹਾ ਨਹੀਂ ਚਲਾਦਾ ਹੈ ਉਨੇ ਸਭ ਕੁਝ ਸਵੀਕਾਰ ਕਰ ਲਿਆ ਨਹੀਂ ਨਹੀਂ ਬਿਰੋਕਾਰੀਆਂ ਨੇ ਸਵੀਕਾਰ ਕਰ ਲਈ ਬੇਸਿਕਲੀ ਹੁਣ ਭਾਜਪੀ ਕੋਲ ਜਿਹੜਾ ਉਹ ਟੈਕਨੀਕ ਆਈ ਦੀ ਨਾ ਕਿ ਇੱਕ ਵੋਟ ਬਦ ਲਈ ਜਿਤਨਾ ਕਈਆਂ ਲੇਕਿਨ ਅਗਰ ਤੁਸੀਂ ਉਸ ਲੋਕਾਂ ਦਾ ਅਗਰ ਅਗਰ ਉਹਨੇ 75 60 65 70% ਵੋਟ ਪੇ ਦੇ ਹੁਣ ਅਗਰ ਸੋਚ ਆ 65 70% ਮਤਲਬ ਮੋਰ ਥੈਨ 50 ਪੇ ਦੇ ਹੁਣ ਤਾਂ ਸਮਝ ਨਹੀਂ ਆ ਕਿ ਲੋਕ ਲੋਕ ਜਿਹੜੇ ਨਾ ਪੂਰੇ ਹੁੰਦੇ ਸਾਈਡ ਨਾ ਲੋਕ 1 ਸਾਈਡ ਮਤਲਬ 50% ਵੀ ਆ ਸਮਝਿਆ ਕਿ ਮੈਜੋਰਟੀ ਲੋਕ ਹੁੰਦੇ ਕਰਨੇ ਜੇ ਤੁਸੀਂ 25% ਲੋਕਾਂ ਦਾ ਵੋਟ ਲਈ ਹੈ ਤੇ ਤੁਸੀਂ ਕੀ ਆਖ ਸਕਦੇ ਕਿ ਸਟੇਟ ਨਹੀਂ ਚਾਹੀਦੀ 75 ਦਾ ਇਨਕਾਰ ਉਹਨੇ 75 ਨੇ ਤੇ ਨਕਾਰਿਆ ਨਾ ਉਹਨੇ 75 ਮੋਰ ਦੈਨ 75% ਲੋਕਾਂ ਨੇ ਨਕਾਰਿਆ ਤੇ ਇਟ ਮੀਨਸ ਲੋਕਾਂ ਨੂੰ ਬਿਲਕੁਲ ਉਹ ਚਾਹੀਦਾ ਜਿਹੜਾ ਜਿਹੜੀ ਤੁਸੀਂ ਗੱਲ ਕਰਾਦੇ ਹੋ ਜਿਹੜਾ ਪਰ ਅਸੀਂ ਕੰਪੇਨ ਕੀਤੀ ਹੈ ਬੇਰੋਜ਼ਗਾਰੀ ਦਾ ਮਸਲਾ ਬਿਲਕੁਲ ਲੋਕਾਂ ਨੂੰ ਚੇਤਾ ਹੈ ਕਿ ਬੇਰੋਜ਼ਗਾਰੀ ਵੱਡੀ ਸਮੱਸਿਆ ਹੈ ਟੋਲ ਪਲਾਜ਼ਾ ਸਮੱਸਿਆ ਹੈ ਥੋੜਾ ਜਿਹੜਾ ਥੋੜਾ ਭ੍ਰਿਸ਼ਟਾਚਾਰ ਸਮੱਸਿਆ ਹੈ ਥੋੜੀ ਮਹਿੰਗਾਈ ਸਮੱਸਿਆ ਡੈਫੀਨਿਟਲੀ ਲੋਕਾਂ ਨੂੰ ਸਿੱਝਾ ਪਤਾ ਤਾ ਉਹ ਇਸ ਹਸਤ ਹੈ ਲੋਕਾਂ ਦੇ ਵੋਟ ਅਗਰ ਉਹਨੇ ਅਗਰ 50 55 60 70% ਦਿੱਤਾ ਹੁੰਦਾ ਵੀ ਦਾ ਸਮਝਦੇ ਕਿ ਲੋਕ 100% ਬੀਜੇਪੀ ਕਰਨੇ ਔਰ ਬਿਲਕੁਲ ਲੋਕ ਇਹਨੇ ਚੀਜ਼ਾਂ ਚਾਹੁੰਦੇ ਲੋਕ ਚਾਹੁੰਦੇ ਮਤਲਬ ਇਹਦੇ ਤੇ ਖੁਸ਼ ਹੋ ਬੇਸ਼ੱਕ ਤੁਸੀਂ ਸੀਟਾਂ ਨਹੀਂ ਦਿੱਤੀਆਂ ਲੇਕਿਨ ਇਹਦੇ ਤੇ ਖੁਸ਼ ਹੋ ਕਿ ਲੋਕੇ ਪੂਰੀ ਤਰ੍ਹਾਂ ਉਹਨੇ ਸਵੀਕਾਰਿਆ ਨਹੀਂ ਹੈ ਬੇਸ਼ੱਕ ਉਹ ਮੇਰੇ ਖਿਆਲ 11 ਸੀਟਾਂ ਲਈਏ ਦੇ ਨਾ 11 ਹਾਂ ਅੱਛਾ ਸਰ ਦੂਆ ਇਹ ਤੁਸੀਂ ਲੱਗਦਾ ਹੈ ਕਿ ਪਾਰਟੀ ਦੇ ਵਿੱਚ ਵੀ ਕੁਝ ਐਸੀ ਉਥਲ-ਪੁਥਲ ਹੋਈ ਜੀ ਜੀ ਭੀਮ ਸਿੰਘ ਸਾਹਿਬ ਦੇ ਬਾਰੇ ਚ ਆਖਿਆ ਗਿਆ ਫਿਰ ਤੁਸੇ ਆਗਿਆਈਆ ਉਸੇ ਕਾਉਂਟਰ ਕੀਤਾ ਜੀਆ ਅਛ ਦੇਵੀਓ ਨੇ ਕਿਹਾ ਕਿ ਉਹਨੇ ਨੀਂ ਫੈਸਲੇ ਨਹੀਂ ਲੈ ਸਕਦੇ ਸਵਸਥ ਉਹਨੇ ਸਾਈਡ ਚ ਕੀਤਾ ਜਾ ਰਹਾ ਏਬੀ ਤੇ ਇੱਕ ਗਲਤ ਮੈਸੇਜ ਗਿਆ ਹੋ ਕਿਉਂਕਿ ਘਰ ਦੇ ਬਜ਼ੁਰਗੀ ਮਤਲਬ ਤੁਸੇ ਖੈਰ ਤੁਸੇ ਤੇ ਆਗਿਆ ਏ ਤੁਸੇ ਪੂਰੀ ਇੱਜ਼ਤ ਮਾਨ ਸਨਮਾਨ ਦਿੱਤਾ ਲੇਕਿਨ ਉਸ ਤੋਂ ਪਹਿਲੇ ਡੈਮੇਜ ਹੋਈ ਇਹਦਾ ਸਭ ਕੁਝ ਤੁਸੇ ਇੱਕ ਬੜੀ ਪ੍ਰਾਣੀ ਕਹਾਵਤ ਸੁਣੀ ਹੋਣੀ ਬੜੀ ਪ੍ਰਾਣੀ ਮਸ਼ਹੂਰ ਕਹਾਵਤ ਹੈ ਕਿ ਪਿਓ ਪੁੱਤਰ ਇੱਕ ਕੋੜਾ ਲਈ ਜਾ ਦਿੰਦੇ ਤੇ ਲੋਕ ਦਰਸੇ ਕਹਿੰਦੇ ਮਹਾਰਾਜ ਤੁਸੀਂ ਚੰਗੇ ਪਿਓ ਪੁੱਤਰ ਤੁਸੀਂ ਚੰਗਾ ਪਲਾ ਕੋੜਾ ਪਾ ਲੈਦਾ ਤੇ ਪੈਦਲ ਚਲਾ ਦੇ ਉਹ ਪਿਓ ਸੋਈਦਾ ਚਲੋ ਚਲੋ ਪੁੱਤਰਗੇ ਉਠਾਈ ਲੈਣਾ ਪੁੱਤਰਗੇ ਬਿਠਾਦਾ ਗਿਆ ਲੋਕ ਕਹਿੰਦੇ ਮਾਰੇ ਕਿੰਨਾ ਪਾਗਲ ਪਿਓ ਹੈ ਦੇਖੋ ਮੈਂ ਕਿੰਨਾ ਪਿਓ ਪੁੱਤਰ ਪਾਗਲ ਹੈ ਕਿ ਆਪਣੇ ਬਜ਼ੁਰਗ ਬਾਬਾ ਤੇ ਉਸੇ ਪੈਦਲ ਚਲਾ ਬਕੋੜਾ ਬੈਠਾ ਉਹ ਚੇਂ ਕਰਦਾ ਉਹ ਚੇਂ ਕਰਦਾ ਤੇ ਪਿਓ ਪਿਓ ਕੋੜਾ ਵਰ ਬੈਠਦਾ ਥੱਲੇ ਉਸੇ ਤਾਂਰੇ ਮਾਰੇ ਦੇਖੋ ਜੀ ਕਿੰਨਾ ਪਾਗਲ ਬੇਵਕੂਫ ਜਾਤ ਹੈ ਹੈ ਕਿਨਕ ਬੇਵਕੂਫ ਪਿਓ ਹੈ ਕਿ ਪੁੱਤਰੀ ਪੈਦਲ ਚਲਾਦਾ ਤੇ ਆਪ ਕੋੜਾ ਬੈਠਾ ਔਰ ਲਾਸਟ ਜੁਨੇ ਇਨਾ ਤੱਕ ਕਿ ਤੱਕ ਘੋੜਾ ਉਹਨੇ ਮੁੰਡੇ ਬਾਈ ਚਲਾਉਣਾ ਪਿਆ ਦੋਨੇ ਤੋ ਉਹ ਸਾਡੀ ਹਾਲਤ ਹੈ ਕਿ ਅਜੀ ਅਗਰ ਪ੍ਰੋਫੈਸਰ ਸਾਹਿਬ ਉਥੇ ਮਿਲਣੇ ਨਹੀਂ ਚਲੇਏ ਤੋ ਲੋਕ ਸਾਡਾ ਮਗਰੋ ਇਹ ਮਾਰੇ ਤੁਸੀਂ ਤੁਸੀਂ ਬੁਕਾਰਦੇ ਬੰਦੇ ਹੋਈਏ ਮਾਰੇ ਤੁਸੀਂ ਪ੍ਰੋਫੈਸਰ ਸਾਹਿਬ ਕੋ ਰੈਕਸ਼ਨ ਲੈਓ ਅਗਰ ਸ਼ੌੜਿਆ ਕੋ ਖੈਰ ਵੀ ਥੋੜਾ ਜਲਦਬਾਜ਼ੀ ਰੈਕਸ਼ਨ ਨਾਲ ਉਹਨੇ ਐਕਸ਼ਨ ਲਈ ਆ ਜੇ ਰੈਕਸ਼ਨ ਲੇਤਾ ਦੋ ਘੰਟੇ ਲੋ ਬੜੇ ਖੁਸ਼ ਹੋਏ ਮਾਰੇ ਬੜਾ ਜ਼ਬਰਦਸਤ ਐਕਸ਼ਨ ਹੈ ਦੋ ਘੰਟੇ ਬਾਰਸ਼ ਹੁੰਦੇ ਮਗਰ ਹੋਈਏ ਉਹ ਤੋ ਮੈਂ ਬਜ਼ੁਰਗੀ ਕਟੂੜਾ ਤੋ ਸਾਡਾ ਹਾਲ ਹੋਈ ਕੋੜੇ ਵਾਲੀ ਕਾਸੂ ਸੀ ਚੁਕਚਾ ਹੈ ਉਹਦੇ ਉੱਤੇ ਪਰ ਚਲਚਾ ਹੈ ਕਿਹੜੇ ਬਿਠਾ ਚਾਹਦੇ ਉਹ ਪ੍ਰੋਬਲਮ ਹੈ ਸੀ ਜੀਨੇ ਨਹੀਂ ਦਿੰਦੇ ਕੋਈ ਜਿਹੜਾ ਜੀਆ ਵੀ ਕਰਕੇ ਨਾ ਤਾਂ ਪੁੱਠਾ ਹੀ ਪੁੰਦਾ ਹੈ ਲੇਕਿਨ ਉਹਨੇ ਇਹ ਦੇਖੋ ਨੈਸ਼ਨਲ ਪਾਰਟੀ ਅੱਜ ਅੱਜ ਬੀਜੇਪੀ ਪਾਵਰ ਚ ਹੈ ਕੱਲ ਕਾਂਗਰਸੀ ਉਹਨੇ ਸਾਰੇ ਹੀ ਪ੍ਰੋਬਲਮ ਹੈ ਕਿ ਜੰਮੂ ਦੀ ਰੀਜਨਲ ਪਾਰਟੀ ਮਜ਼ਬੂਤੀ ਚਾਹਦੀ ਹੈ ਔਰ ਮੈਂ ਮੈਂ ਗਵਾਹ ਹੈ ਕਿ ਕਈ ਵਾਰੀ ਜਿਹੜੇ ਬੀਜੇਪੀ ਕਾਂਗਰਸ ਦੇ ਜਿਹੜੇ ਮੰਤਰੀ ਜਿਲ੍ਹਾ ਸ ਐਮ ਐਲ ਏ ਹੈ ਕਈ ਵਾਰੀ ਅਸੀਂ ਅਸੈਂਬਲੀ ਚ ਉਹ ਆਦੇ ਕਿ ਇਹ ਮੁੱਦਾ ਸੈਂਟਰ ਵਾਲੇ ਸਾਡੀ ਗੱਲਾਂ ਨਹੀਂ ਮੰਨਾਂਦੇ ਤੁਸੀਂ ਜੁਗੇ ਦਾ ਸਾਡਾ ਇੱਕ ਪ੍ਰੈਸ਼ਰ ਬਣਨਾ ਕਿ ਅਸੋ ਨਹੀਂ ਮਨਾਈ ਲੱਗੇ ਕਿ ਜੰਮੂ ਦੇ ਲੋਕ ਬੜੇ ਵਿੜਕੇ ਦੇਨ ਤਾਂ ਇਹ ਦਿੱਲੀ ਵਾਲੇ ਵੀ ਸਮਝਦੇ ਇਹ ਪਾਰਟੀਆਂ ਸਮਝਦੇ ਨੇ ਸਾਡੀ ਗੱਲਾਂ ਨਹੀਂ ਮੰਨਉਂਦੀਆਂ ਔਰ ਲੋਕਲ ਜਿਹੜੀ ਲੀਡਰਸ਼ਿਪ ਹੈ ਲੋਕਲ ਰੀਜਨਲ ਪਾਰਟੀ ਹੈ ਉਹ ਦਬਾਅ ਬਣਾਉਂਦਾ ਦਿੱਲੀ ਦੀ ਜਿਹੜੀ ਲੀਡਰਸ਼ਿਪ ਉੱਪਰ ਦਿੱਲੀ ਦੀ ਸਰਕਾਰ ਪਰ ਦਬਾਅ ਬਣਦਾ ਕਿਉਂਕਿ ਇਹ ਜਿਹੜੇ ਬੀਜੇਪੀ ਕਾਂਗਰਸ ਜਿਹੜੇ ਲੋਕ ਜੰਦੇ ਟਿਕਣਾ ਲਈ ਹੈ ਤੇ ਇਹ ਹੁੰਦੇ ਹੁੰਦੇ ਜਿੰਨੀਆਂ ਸੀ ਆਦੇ ਕਿ ਉਹ ਬਿਲਕੁਲ ਦਾ ਸਮਝਾ ਲੋਕ ਲੋਕੇ ਬੇ ਗਲਤ ਮੈਸੇਜ ਤੇ ਗਿਆ ਨਾ ਕਿਹੜ ਇਹੋ ਪੀਮ ਸਿੰਘ ਸਾਹਿਬ ਜੀ ਦਾ ਨਹੀਂ ਡੈਫੀਨਿਟਲੀ ਮੈਂ ਉਹਦਾ ਉਹਦਾ ਵੀ ਫਰਕ ਪਿਆ ਹੋਇਆ ਮੈਂ ਮੈਨੂੰ ਯਾਦ ਆ ਤਾਂ ਕਿ ਉਹਦੇ ਚਾਸ ਫਰਕ ਪਿਆ ਹੋਣਾ ਮੈਂ ਕਹਿੰਦਾ ਮਜਬੂਰ ਕਰੜਾ ਹੈ ਨਾ ਮਜਬੂਰਾ ਸਹੀ ਇੱਕੜਾ ਕੰਮ ਕੀਤਾ ਤਾਂ ਅਮਗਰ ਲੱਗਿਆ ਉਹੜਾ ਕੀਤਾ ਤਾਂ ਅਮਗਰੇ ਖਰਚੇ ਖਰਚੇ ਦੇ ਖਰਚੇ ਕੇ ਥੋੜੀ ਇੱਕ ਜਿਹੜੀ ਛਵੀ ਹੈ ਨਾ ਸਰ ਜੀ ਜਜਾਰੂ ਨੇਤਰੀਤੀ ਹੈ ਲੇਕਿਨ ਇੱਕ ਸਭਿਅ ਅਤੇ ਮਰਿਆਦਾ ਦੇ ਵਿੱਚ ਰੋਣੇ ਵਾਲੀ ਛਵੀ ਹੈ ਕਿਉਂਕਿ ਆਸ ਵੀ ਥੋੜੇ ਬੜੇ ਇੰਟਰਵਿਊ ਵੀ ਲੇਦੇ ਹੋ ਭਾਸ਼ਾ ਨੂੰ ਵੀ ਦਿੱਤੇ ਤੁਹਾਡੇ ਸੁਣੇ ਤੁਸੀਂ ਕਦੀ ਅਜ ਤੱਕ ਅਮਰਿਆਦਿਤ ਭਾਸ਼ਾ ਦਾ ਉਪਯੋਗ ਨਹੀਂ ਕੀਤਾ ਐਸਾ ਮਤਲਬ ਕਿਹੜੀ ਸੰਗਤ ਦੇ ਵਿੱਚ ਆਈ ਹੈ ਜਿਹੜੇ ਤੁਸੀਂ ਜੋਸ਼ ਜੋਸ਼ ਜਿਹੜਾ ਉਸ ਬੋਲੀ ਉੜਿਆ ਉਹ ਬੜਾ ਬਵਾਲ ਵੀ ਮਚਾਇਆ ਫਿਰ ਤੁਹਾਡੇ ਖਿਲਾਫ ਪ੍ਰਦਰਸ਼ਨ ਵੀ ਹੋਇਆ ਚੂੜੀਆਂ ਤੱਕ ਤੁਹਾਨੂੰ ਦੇਨੇ ਦੀ ਨੋਬਤ ਆਈ ਹੈ ਕਿ ਚੂੜੀਆਂ ਪਹਿਨ ਲੋ ਜੀ ਦੇਖੋ ਇਹਦਾ ਮਤਲਬ ਤੁਸੀਂ ਇਹ ਸਮਝੀਏ ਕਿ ਦਿੱਲੀ ਦੀ ਪਾਰਟੀ ਜੀ ਹਲ ਹਲ ਚਲਦੇ ਮਚਾਈਏ ਸਨ ਉਹਨੇ ਟੈਨਸ਼ਨ ਤੇ ਪਾਈ ਕਿ ਕੁਤੇ ਨਾ ਕੁਤੇ ਹੈ ਇਹ ਤੇ ਇਹ ਮਤਲਬ ਇਨੀ ਹਰੀ ਗੱਲਾਂ ਹੋਰ ਕੁਤੇ ਆ ਸਨ ਸਮ੍ਰਿਤੀ ਰਾਣੀ ਕੀ ਉਹਦਾ ਕਰਨਾ ਹੈ ਮੈਡਮੋਰੀ ਜੋੜਿਆ ਉਸ ਉਸ ਕੰਨਿਆ ਅਸੇ ਇੱਕ ਭਾਸ਼ਣ ਕੀਤਾ ਔਰ ਉਸਨੇ ਜਨਰਲ ਕੁਸਾ ਨਾ ਨਹੀਂ ਲਿਆ ਉਹਨੇ ਅਪੂ ਜੋੜਿਆ ਅਸਾਂ ਨੇ ਜੋੜਿਆ ਅਸਾਂ ਨੇ ਆਖਿਆ ਸਮ੍ਰਿਤੀ ਜੀ ਕਿ ਤੂੰ ਉਸ ਇੰਆ ਕਰਾ ਦੇ ਉਹ ਜ ਤੁਹਾਡਾ ਨਾਮ ਲਈ ਉਹਨੇ ਕੰਨੇ ਜੋੜਿਆ ਇਟ ਮੀਨਸ ਜਾਂ ਤੇ ਦਾਲ ਚ ਕਾਲਾ ਆ ਜਾਂ ਤੇ ਉਹ 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 ਕੁਛ ਨਾ ਕੁਛ ਜਿਹੜਾ ਹੈ ਇਸ ਤਰੀਕੇ ਕੰਨੇ ਪੇਸ਼ ਕਰਨਾ ਚਾਹੁੰਦੇ ਹੇ ਕਿ ਜਿਹੜਾ ਹੈ ਕਿ ਅਸਮ੍ਰਿਤੀ ਰਾਣੀ ਦਾ ਬੈਕ ਬੈਕਗਰਾਉਂਡ ਕੀ ਜੋੜਨਾ ਚਾਹੁੰਦੇ ਤੇ ਯਾਮੀ ਕੀ ਬਦਨਾਮ ਕਰਨਾ ਚਾਹੁੰਦੇ ਉਸ ਗੱਲਾ ਪਤਾ ਨਹੀਂ ਲੇਕਿਨ ਇੱਕ ਗੱਲ ਪੱਕੀ ਹੈ ਇੱਕ ਗੱਲ ਪਤਾ ਹੈ ਆਸਫ ਬਾਬਾ ਜੀਤੂ ਹੈ ਨਾ ਬਾਬਾ ਜੀਤੂ ਅਸਾਂ ਬੜੀ ਜੀਆ ਬਾਬਾ ਜੀਤੂ ਨੇ ਖੇੜੀ ਬਾੜੀ ਬਾਈ ਹੈ ਤੇ ਆਪਣੀ ਕਣਕ ਲਾਈ ਨਾ ਔਰ ਕਣਕ ਜਿਹੜਾ ਲੋਕ ਉਸੇ ਉਥੇ ਉਸੇ ਰਾਜਾ ਜਲਾ ਲੈਣੇ ਆਇਆ ਨਾ ਜਿਹੜਾ ਉਸੇ ਖੁਸ ਨੇ ਆਇਆ ਤਾਂ ਉਹਨੇ ਆਪਣੀ ਜਿੰਦੇ ਦੇਵੜੀ ਉਥੇ ਔਰ ਅੱਜ ਵੀ ਜਿਹਨੇ 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 ਬੂਟੇ ਜਿਹਨੇ ਪਰਿੰਦੇ ਖਾਦੇ ਦੇ ਨਾ ਜਿਹਨੇ ਖਾਦੇ ਦਿੱਤਾ ਉਹਨੇ ਅੱਜ ਵੀ ਉਨੇ ਅੱਜ ਵੀ ਉਨੇ ਉਥੇ ਆਈ ਹੈ ਤੇ ਹਾਈਵੇ 'ਤੇ ਹੋ ਰਿਹਾ ਹੈ ਤੇ ਉਹ ਉਨੇ ਅੱਜ ਵੀ ਉਥੇ ਆਈ ਹੈ ਤੇ ਉਹ ਮੁੰਡੀਆਂ ਮਰੋੜਦੇ ਨੇ ਅੱਜ ਸਮ੍ਰਿਤੀ ਜੀ ਨੇ ਮੀਗੀ ਡੈਫੀਨਿਟਲੀ ਅਸੀਂ ਨੁਕਸਾਨ ਪਹਾਇਆ ਲੇਕਿਨ ਕਲੁੰਦਾ ਨਾ ਹੋ ਕੇ ਕਿਹਾ ਆ ਮੈਂ ਤਾਂ ਨਹੀਂ ਕੱਢਿਆ ਹੁੰਦੀ ਸਰਕਾਰ ਨੇ ਕੱਢਿਆ ਨਾ ਏਜੰਸੀਆਂ ਕੱਢਿਆ ਨਾ अगर उन्हें अगर अस गलत ठीक है अस गलत ठीक है उन्हें सलाफ कार ईवन पर भी लाया झूठा पर्चा लाया और बनता है मी कि मुजरे पर्चा लगता है थोड़े लोग थे, जड़ा मर्जी क्राइम करी लं पर कोई नहीं मुजरा वर्ड पर अभी बदनाम भी किया और परा भी सर पर लाया थोड़े सारे मुजरा देखने गए कोई कार्रवाई नहीं जाना चाहता लेकिन मैं एक गल स जितो है तो� सति होती ना कल के पेपरें छाई दी मैडम और कल देपरें छाई दें और रब कर इंसाफ देगा ਰਸਾੜ ਨੇ ਜ਼ਿਆਤੀ ਕੀਤੀ ਰੱਬੁੰਦੇ ਕਨ ਇਨਸਾਫ ਕਰੇਗਾ ਆਸ ਦੇਖਣੇ ਚਾਣੇ ਦੂਸਰੀ ਚੀਜ਼ ਮੰਦੀ ਹੋ ਕਿ ਬੀਜੇਪੀ ਕਮਾਨੇ ਦੇ ਚੱਕਰੇ ਚ ਬੜੀ ਕਾਮਯਾਬ ਕਿ ਤੁਹਾਨੂੰ ਐਸਾ ਕਮਾਇਆ ਕਿ ਤੁਸੀਂ ਮੁੱਦੇਗਾ ਭੁੱਲੀਏ ਤੇ ਆਪਣੀ ਸਫਾਈ ਦੇ ਨੇ ਸਾਰੇ ਆ ਗਏ ਨਾਸਿਸ ਭਾਈ ਦਿੱਤੀ ਕਿ ਨਹੀਂ ਮੈਂ ਇੱਕ ਵਾਰ ਇੱਕ ਵਾਰ ਮੀਡੀਆ ਦਿੱਤਾ ਵੈ ਕਿ ਮੈਂ ਮੈਂ ਉਸ ਨੇ ਉਸ ਸੰਦਰਭ ਚ ਆਖਿਆ ਨਹੀਂ ਹੈ ਤੇ ਉਹ ਅਸੀਂ ਜੋੜੀ ਮੈਂ ਤੇ ਇੱਕ ਦੋ ਵਾਰੀ ਮੀਡੀਆ ਗਿਆ ਮੈਂ ਉਸੇ ਉਸੇ ਟੱਚ ਕਿ ਨਹੀਂ ਕੀਤਾ ਹੈ ਤਾਂ ਇਸ ਹਾਸਤੇ ਐਸਾ ਐਸਾ ਆਪਣਾ ਟੈਂਸ਼ਨ ਡਾਇਵਰਟ ਨਹੀਂ ਕੀਤੀ ਹੈ ਲੇਕਿਨ ਉਹਨੇ ਉਸੇ ਪੂਰਾ ਬੁਣਿਆ ਉਹਨੇ ਤੇ ਘਰ ਘਰ ਭੇਜਿਆ ਘਰ ਘਰ ਭੇਜਿਆ ਜਨਾ ਨਹੀਂ ਹੈ ਮਾਰਾ ਇਹ ਦੇਖੋ ਉਹਨੇ ਤਾਂ ਲੜਾਈ ਬਣਾਉਣੀ ਸਾਰੇ ਬਾਲੂ ਤੇ ਕਹਦੇ ਕਿ ਕਹਿੰਦਾ ਨਾ ਜਿਹੜਾ ਲਾਂਦੇ ਤਿਲਕ ਦੀ ਤਿਲਕ ਤੇ ਬਾਲੂ ਦੀ ਸੜੀ ਲੜਾਈ ਹੋਈ ਹੁਣ ਪੈਂਥਰ ਪਾਰਟੀ ਕਰਨੇ ਅਨਫੋਰਚੂਨੇਟ ਹੈ ਇਨੀ ਚੀਪ ਹੋਰ ਐਡੀ ਪਾਲਟਿਕ ਕਿਹੜੇ ਲੀਡਰ ਵੱਡੇ ਹੋ ਕਿਹੜੇ ਵੱਡੇ ਲੀਡਰ ਮੈਂ ਤਾਂ ਨਹੀਂ ਇਹ ਗੱਲ ਸੁਣਾ ਜਿੱਦਾਂ ਮੈਂ 2008 ਦੀ ਇਲੈਕਸ਼ਨ ਲੜਾ ਦਾ 15 ਦਿਨ ਰਹੇ ਤੇ ਇੱਕ ਮੱਲਾ ਮੇਰੇ ਨਰਾਜ ਹਾ ਤੇ ਜਿੱਦਾਂ ਮੈਂ ਉੱਥੇ ਗਿਆ ਤੇ ਉੱਥੇ ਜਿਹੜੇ ਹੁੰਦੇ ਉਹਨੇ ਮਨਾਇਆ ਤੇ ਇੱਕ ਮੇਰੇ بڑے ਭਾਈ ਸਾਹਿਬ ਜਿਹੜੇ ਵਿਚ ਪੇਦੇ ਉਹ ਗੀਤਾ ਲਿਆਇਆ ਉਥਾਂ ਕਹਿੰਦੇ ਜੀ ਰੱਖੋ ਲੋਕਾਂ ਹੀ ਰੱਖੋ ਗੀਤਾ ਭਰਾਤ ਮੈਂ ਮੈਂ ਉੱਠਿਆ ਮੈਂ ਮਾਰੇ ਗੁੱਸਾ ਕੀ ਮਾਫ ਮੀ ਵੋਟ ਦੇਣਾ ਉਥੇ ਦੇਓ ਮੈਗੀਤਾ ਦੇ ਕੁਰਾਨ ਪਰ ਬੋਰਡ ਲੈਣ ਵਾਲਾ ਲੀਡਰ ਨਹੀਂ ਹੈ ਮੈਂ ਤੁਹਾਡੀ ਮਰਜ਼ੀ ਆ ਪਾਣਾ ਆਸ ਪਾਰਟੀਆਂ ਕਰਨੇ ਬੜੀ ਤੜਲੇ ਦੀ ਪਾਰਟੀਆਂ ਕਰਨੇ ਆਪਣਾ ਸਾਰਾ ਅੰਦਰ ਬਿਲਕੁਲ ਸਾਫ਼ ਬਿਲਕੁਲ ਸਾਫ਼ ਕੋਈ ਬੋਟ ਮਿਲ ਨਹੀਂ ਮਿਲਣਾ ਬੰਚਾ ਨਹੀਂ ਮਿਲਦਾ ਥੈਟ ਡਸਨਟ ਮੈਟਰ ਲੇਕਨ ਆਸ ਬਿਲਕੁਲ ਕਲੀਅਰ ਆ ਇਹ ਡੇਡੇ ਲੀਡਰ ਬਣੇ ਦੇ ਦਿੱਲੀ ਜਾਈਏ ਬੈਠੇ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਲੀਡਰ ਔਰ ਇਨੀ ਚੀਪ ਔਰ ਘਟੀਆ ਪਾਰਟੀਆਂ ਮੈਂ ਕਿਹੜੀ ਜਨਾਨੀ ਕਿ ਮੈਂ ਉਹਦਾ ਬਿੰਦੂ ਤਵਾਰੂੜਾ ਉਹਦਾ ਉਹ ਕਿਸ ਦੇ ਸੀ ਜਿਹੜਾ ਖੇ ਲਾਂਦੇ ਮਥੇ ਕੀ ਜਿਹੜਾ ਉਹ ਟਿੱਕਾ ਟਿੱਕਾ ਉਹਨੇ ਕਿਹਾ ਸਾਡੇ ਉਹ ਟਿੱਕੇ ਦੇ ਮਾਨ ਸਮਾਨ ਦੀ ਲ ਬਾਲੂ ਦੀ ਮਾਨਸਮਾਨ ਦੀ ਲੜਾਈ ਹੈ ਉਹ ਸਾਡੇ ਲਿਪਸਟਿਕ ਦੀ ਮਾਨਸਮਾਨ ਦੀ ਲੜਾਈ ਹੈ ਉਹ ਮੈਂ ਅੱਜ ਤੱਕ ਕਿਹੜੀ ਜਨਾਨੀ ਦੀ ਕੰਪਲੇਨ ਆਈ ਕਿ ਮੈਂ ਉਹਦੀ ਬਾਲੂ ਉਹਦਾ ਉਹਦਾ ਟਿੱਕਾ ਹੈ ਉਹਦੇ ਉੱਪਰ ਮੈਂ ਕੋਈ ਦਾਗ ਲਾਇਆ ਜਾਂ ਉਸੇ ਉੱਪਰ ਕੋਈ ਉਹਦੇ ਬਣਾ ਲੈ ਕੰਮ ਜਾਂਦਾ ਉਹਦੇ ਮੈਂ ਬਿਲਕੁਲ ਨਹੀਂ ਮੰਗਰੇ ਸਾਹਿਬ ਇਹਦੇ ਤੇ ਤੁਹਾਡੀ ਫੈਮਲੀ ਵੀ ਕਸੀਟ ਹੈ ਗਿਆ ਮਤਲਬ ਤੁਹਾਡੀ ਫੈਮਲੀ ਵੀ ਇਸ ਰਿਤੇ ਕਸੀਟੀੜਿਆ ਨੇ ਰਿਤੇ ਕਿ ਅੱਗੇ ਬੱਲਾ ਕਿ ਰਾਜਨੀਤੀ ਦੇ ਵਿੱਚ ਪਰਿਵਾਰਿਕ ਕਸੀਟਣਾ ਮਤਲਬ ਕਿਹੜੀ ਰਾਜਨੀਤੀ ਨਹੀਂ ਉਹ ਤੇ ਉਹ ਤੇ ਦੇਖੋ ਉਹ ਆ ਦੇਖ ਕੇ ਬਲਵੰਤ ਬਤਮੀਜ਼ ਹੈ ਬਿਲਬੰਦ ਨੇ ਬਤਮੀਜ਼ੀ ਕੀਤੀ ਹੈ ਉਹਨੇ ਡੈਰੋਗੇਟਰੀ ਵਰਡ ਯੂਜ਼ ਕੀਤੇ ਉਹਨੇ ਜਨਾਨੀਆਂ ਖਿਲਾਫ ਅਪਸ਼ਬਦ ਬੋਲਿਆ ਤੇ ਜਿਹੜੀਆਂ ਲੇਡੀਜ਼ ਜਿਹੜੀਆਂ ਮੇਰੇ ਪਿਆਰ ਮੇਰੇ ਦਫਤਰ ਭੇਜਦੀਆਂ ਹਾਂ ਉਹਨੇ ਮੇਰੇ ਉਹਨੇ ਮੇਰੀ ਵਾਈਫ ਲਈ ਕਿਹਾ ਕਿ ਪਾਕਿਸਤਾਨੀ ਹੈ ਮੇਰੇ ਭਾਈ ਵੀ ਉਹ ਵੀ ਕੁਝ ਬੜਾ ਕੁਝ ਚੀਜ਼ ਬੋਲਾ ਰਹੇ ਹਨ ਅਤੇ ਜੋ ਵੀ ਮਤਲਬ ਜੋ ਵੀ ਹੈ ਜੋ ਬੋਲ ਸਕਦੀਆਂ ਹਨ ਤਾਂ ਹੁਣ ਤੁਸੀਂ ਦੱਸੋ ਕਿ ਮਰਿਆਦਾ ਮੈਂ ਤੇ ਜਿਹੜਾ ਬੋਲਿਆ ਮੈਂ ਇੱਕ ਵਾਰੀ ਬੋਲਿਆ ਔਰ ਜਿਸਲੇ ਮੈਂ ਬੋਲਿਆ ਉਸਲੇ ਮੈਨੂੰ ਵੀ ਨਹੀਂ ਪਤਾ ਮੈਂ ਕਦੋਂ ਬੋਲਾ ਔਰ ਉਹ ਮਹੀਨੇ ਬਾਅਦ ਉਹਨੇ ਯਾਦ ਆਵਾਦੀਆ ਚਲੋ ਉਹਨੇ ਉਸੇ ਮੁੱਦਾ ਬਣਾਇਆ ਜਿਸਲੇ ਜਿਸਨੇ ਉਹਨੇ ਕਿਉਂਕਿ ਉਸ ਦਿਨ ਦੋ ਦਿਨ ਬੜੀ ਇੰਪੋਰਟੈਂਟ ਸਿਟੀ ਇਲੈਕਸ਼ਨ ਸੀ ਔਰ ਅਲਟੀਮੇਟਲੀ ਉਹਨੇ ਉਹਦੇ ਚ ਲਾਸ ਪਜਾਇਆ ਸੀ ਉਹਦੇ ਪਿਛਲੇ ਦਿਨ ਬਣਾ ਦੇਕਰ ਹਫਤਾ ਪਹਿਲੇ ਹੀ ਸਟੇਟਮੈਂਟ ਹੈ ਤਾਂ ਸਭ ਪਹਿਲੇ ਜਿਸਨੇ ਅੱਜ ਮੈਂ ਅੱਜ ਅਗਰ ਬੋਲਾਂ ਨਾ ਕੋਈ ਸਹੀ ਇਹ ਤੇ ਲੋਕਾਂ ਲੋਕਾਂ ਮੇਰੇ ਪਾਸਾ ਦੇਖ ਲਿਆ ਮਤਲਬ ਲੋਕਾਂ ਨੇ ਮੇਰੇ ਆਮ ਲੋਕਾਂ ਤਾਂ ਸਾਨੂੰ ਹੋੜ ਦਿੱਤੇ ਲੇਕਿਨ ਜਿਹੜਾ ਉਹਨੇ ਗਲਤ ਮੈਸੇਜ ਦਿੱਤਾ ਉਹਨੇ ਉਹ ਮੈਸੇਜ ਤੇ ਮੇਰੇ ਮੇਰੇ ਖਿਲਾਫ ਦੇਣੀ ਕਾਮਯਾਬ ਹੋਇਆ ਲੇਕਿਨ ਉਦੋਂ ਬਾਅਦ ਸਭੀ ਦਿਖਣਾ ਚਾਹੀਦਾ ਕਿ ਜਿਹੜੇ ਲੋਕ ਜਿਹੜੇ ਲੋਕ ਕਾਫੀ ਤੁਹਾਡੇ ਤੇ ਪ੍ਰੈਸ਼ਰ ਪਾਉਂਦੇ ਰਹੇ ਕਿ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਨੇ ਮਾਫੀ ਮੰਗਦਾ ਮਸਲਾ ਹੀ ਨਹੀਂ ਹੈ ਮਾਫੀ ਮੈਂ ਗਲਤ ਗੱਲ ਕੀਤੀ ਨਹੀਂ ਹੈ ਔਰ ਮੈਂ ਅੱਜ ਵੀ ਅਖਣਾ ਚਾਹੁੰਦਾ ਕੋਈ ਅਗਰ 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 ਮੈਂ ਤੇ ਗਲਤ ਗੱਲ ਕੀਤੀ ਨਹੀਂ ਹੈ ਲੇਕਿਨ ਅਗਰ ਉਹ ਔਰ ਨਾ ਤੇ ਮੈਂ ਸਮ੍ਰਿਤੀ ਰਾਣੀ ਗਿਆ ਖਾਲੇਕਨ ਅਗਰ ਸਮ੍ਰਿਤੀ ਰਾਣੀ ਦਾ ਪਿਛਲਾ ਬੈਕਗਰਾਉਂਡ ਦਿਖਲਾਓ ਉਹਦੇ ਬੈਕਗਰਾਉਂਡ ਦਿਖਲਾਓ ਤਾਂ ਉਹ ਕੀ ਕੰਮ ਕਰਦੀਆਂ ਕੀ ਕੰਮ ਕਰਦੀਆਂ ਐਕਟਰ ਜਿਹੜਾ ਹੈ ਤਾਂ ਉਹਨੇ ਸਟੇਜ ਪਰ ਨੱਚਦੇ ਲੱਗਣ ਉਸੀ ਵਰਡ ਦੂਆ ਵੀ ਦੂਆ ਯਾਤਰੀ ਹੈ ਡਾਂਸ ਵੀ ਅਕਸਰ ਹੈ ਉਰਦੂ ਚ ਅਰਬੀ ਚ ਤਰੀਆ ਅਕਸਰ ਹੈ ਇੰਦੇ ਚ ਚੌਥਾ ਵਰਡ ਅਕਸਰ ਹੈ ਤਾਂ ਇਹ ਹੀਆਂ ਤੋਂ ਉਹਦੇ ਚ ਮੈਂ ਤਾਂ ਉਹ ਨਹੀਂ ਅੱਖਾਂ ਦਾ ਨਹੀਂ ਹੈ ਤੇ ਨਾ ਮੈਂ ਹੁੰਦੇ ਨਾਲ ਜੋੜੇ ਦਾ ਲੇਕਨ ਅਗਰ ਉਹ ਪਾਰਟੀ ਜੋੜਨਾ ਚਾਹੁੰਦੀ ਹੈ ਡੈਫੀਨਿਟਲੀ ਅਖਣਾ ਚਾਹੁੰਦੀ ਹੈ ਤਾਂ ਉਹਦੇ ਬੈਕਗ੍ਰਾਉਂਡ ਦੇਖਣ ਵੀ ਹੁੰਦਾ ਬੈਕਗ੍ਰਾਉਂਡ ਜਿਹੜੀ ਜਿਹੜੀ ਹੁੰਦੀ ਬੈਕਗ੍ਰਾਉਂਡ ਦੂਈ ਵੀ ਲਿਖ ਲੈਣ ਜਿਹੜਾ ਜਿੱਥੇ ਆਪਣੀ ਸੇਲੀ ਕਰਨੇ ਰਹੁੰਦੀਆਂ ਉਹਦੀ ਵੀ ਬੈਕਗ੍ਰਾਉਂਡ ਦੇਖ ਲੈਣ ਫਿਰ ਜਿਹੜਾ ਅਗਰ ਅਸੀਂ ਉਹ ਚਰਿੱਤਰ ਅਸੀਂ ਦੱਸਣੇ ਯਾਦ ਹੈ ਅਸੀਂ ਅੱਖਾਂ ਦੇ ਕਹਿੰਦਾ ਇਹ ਤਬੀ ਆਪਣੀ ਸੰਸਕ੍ਰਿਤੀ ਉਹ ਵੀ ਦੇਖਣ ਨਾ ਇਨੇ ਇਨੇ ਹੋ ਨਹੀਂ ਸੰਸਕਾਰ ਨਹੀਂ ਉਹਦੇ ਆਪਣੇ ਸੰਸਕਾਰ ਉਹ ਵੀ ਦੇਖਣ ਨਾ ਲੇਕਿਨ ਪਰਿਵਾਰ ਹੀ ਰੇ ਤੇ ਕਿਸੇ ਨਾ ਰਾਜਨੀਤੀ ਦੇ ਇੱਕ ਇੱਕ ਨਵੀਂ ਪਰਿਭਾਸ਼ਾ ਹੋ ਗਈ ਹੈ ਕਿ ਅਗਰ ਸਪੋਜ਼ ਮੈਂ ਤੁਸੇ ਮੀ ਕੁਛ ਗਲਤ ਆਖਿਆ ਜਾਂ ਮੈਂ ਤੁਹਾਨੂੰ ਕੁਛ ਗਲਤ ਆਖਿਆ ਤੁਸ ਮੇਰੇ ਪਰਿਵਾਰ ਦੇ ਸਦਸਿਓ ਤੇ ਮਤਲਬ ਇਸ ਰਾਜਨੀਤੀ ਚ ਲਿੱਲਾ ਉਹ ਅਭੰਦਰ ਵਾਸ਼ਾ ਹੈ ਅੱਜ ਕੱਲੇ ਮਤਲਬ ਆਮ ਹੀ ਰੇ ਕੀ ਆ ਗਿਆ ਤੁਸ ਮਤਲਬ ਕਿ ਸੀਟਾਂ ਲੈਣੇ ਤਾਂ ਹੀ ਜਾਂ ਵੋਟ ਬੈਂਕ ਦੀ ਉਹ ਜਿਹੜੀ ਪੋਲਿਟਿਕਸ ਹੈ ਉਹ ਇੰਨਾ ਹੋਰ ਲੈਵਲ ਡਿੱਗੀ ਹੈ ਦਾ ਇਹ ਕੋ ਇਤੇ ਇਤੇ ਵੋਟਰਸ ਕੀ ਇਸੀ ਗੱਲ ਇਹ ਸਮਝਣਾ ਚਾਹੀਦਾ ਕਿ ਲੀਡਰ ਜਿਹੜਾ ਹੈ ਉਹ ਤੇ ਮਿਲਦਾ ਕਿ ਅੱਖੀ ਕੰਨੇ ਪਛਾਣ ਲੈਣੇ ਸੱਚ ਬੋਲਾ ਦਾ ਉਹਦੀ ਉਹਦਾ ਉਹਦਾ ਜਿਹੜਾ ਚੱਲਣ ਦਾ ਸਟਾਈਲ ਕੰਨੇ ਪਛਾਣ ਲੈਣੇ ਆ ਉਹਦੀ ਜ਼ੁਬਾਨ ਕੰਨੇ ਪਛਾਣ ਲੈਣੇ ਇਹਨਾਂ ਤੇ ਕੋਈ ਵੀ ਆਦਮੀ ਸਿੱਧਾ ਨਹੀਂ ਹੈ ਉਹਨਤੇ ਜਮਾਨਾ ਬੜਾ ਐਡਵਾਂਸ ਹੈ ਤੂੰ ਨਾ ਮਿਲਦਾ ਕਿ ਵੋਟਰ ਜੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਅਗਰ ਮੈਂ ਉਹ ਨਹੀਂ ਬਰਗਲਾਣਾ ਮੈਂ ਉਹ ਨਹੀਂ ਬੀਗੋ ਬਣਾਣਾ ਉਹ ਵੀ ਸਮਝਣਾ ਚਾਹੀਦਾ ਮੀਕੀ ਦਰਕਰਨਾਰ ਕਰਨਾ ਚਾਹੀਦਾ ਅਗਰ ਦੂਆ ਕਰਾਦਾ ਲੇਕਿਨ ਅਗਰ ਤੁਸੀਂ ਮੈਨਿਪੂਲੇਟ ਕਰੀਏ ਮੈਨਿਪੂਲੇਟ ਕਰੀਏ ਔਰ ਰਾਤੋਂ ਰਾਤ ਜਿਹੜਾ ਕੱਲ ਜਿਹੜਾ ਸਮਝ ਆਂਦੀ ਕਿ ਨਹੀਂ ਇਹ ਮਾਰੇ ਗਲਤ ਤੋ ਇੱਕ ਮਿਲਦਾ ਕਿ ਚਲੋ ਛੋਟੀ ਸਾੜੀ ਛੋਟੀ ਪਾਰਟੀ ਔਰ ਕੋਈ ਛੋਟੀ ਪਾਰਟੀ ਛੋਟਾ ਲੀਡਰ ਕਰ ਰਹਾ ਸੀ ਚਲੋ ਚੱਲਿੰਦਾ ਉਹਦਾ ਉਹਦਾ ਦਾਇਰਾ ਨਿਕਾਇਆ ਲੀਡਰ ਆ ਉਹਦਾ ਲੀਡਰ ਨੇ ਲੀਡਰ ਨੂੰ ਨਿਕਾਇਆ ਠੀਕ ਹੈ ਨਾ ਤੇ ਮੇਰਾ ਦਾਇਰਾ ਨਿਕਾਇਆ ਉਹਦਾ ਮੇਰੇ ਕੋਲ ਕੋਈ ਗਲਤ ਗੱਲ ਹੋਈ ਵੀ ਜਾ ਲੇਕਿਨ ਤੂੰ ਉਸ ਨੈਸ਼ਨਲ ਲੈਵਲ ਉਪਰ ਦੇਸ਼ ਚ ਲਾ ਦੇਉ ਤੂੰ ਦੁਨੀਆ ਚ ਆਪਣੇ ਆਪ ਦੀ ਦੁਨੀਆ ਦਾ ਲੋਕਤੰਤਰੀਕ ਮੁਲਕ ਆਖਾ ਦੇਉ ਉਸ ਲੋਕਤੰਤਰੀਕ ਮੁਲਕ ਦੇ ਤੂੰ ਸੰਚਾਲਕ ਹੋ ਔਰ ਤੂੰ ਜੋ ਇਨੀਕਟ ਔਰ ਚੀਪ ਪੋਲਿਟਿਕਸ ਕਰੋ ਅਨਫੋਰਚੂਨੇਟ ਉਹ ਜਿਹੜੇ ਇਹ ਚੋਣਾਂ ਦੇ ਰਿਜ਼ਲਟ ਨਿਕਲਿਆ ਅਗਰ ਅਸੀਂ ਪਿਛਲੇ ਵੀ ਚੋਣਾਂ ਦੇ ਕਿ ਵਿਧਾਨ ਸਭਾ ਦੇ ਫਿਰ ਅਸੀਂ ਲੋਕ ਸਭਾ ਵੀ ਚੋਣਾਂ ਦੇ ਪਾਰਟੀ ਦੇ ਜਿਹੜੇ ਬੜੇ ਲੀਡਰ ਜਿੱਦਾਂ ਆਰ ਦੇ ਜਿਆ ਸਪੋਰਟ ਜਿੰਨੇ ਕਰਦੇ ਉਹ ਉਹਦੇ ਵੱਲ ਉਹ ਹਾਰੀ ਜਾਂਦੇ ਨੇ ਤੇ ਪਾਰਟੀ ਫੜਾਫੜ ਬਦਲੀ ਲੈਂਦੇ ਨੇ ਪਿੱਛੇ ਤੁਹਾਡੇ ਪਰ ਵੀ ਬੜਾ ਮਤਲਬ ਪ੍ਰੈਸ਼ਰ ਪਵਾਦਾ ਹਾ ਪ੍ਰੈਸ਼ਰ ਇਹ ਦੱਸ ਸਕੀ ਰਾਜਨੀਤਿਕ ਗਲਿਆਰੇ ਦੀ ਚਰਚਾ ਸੀ ਕਿ ਮਨਕੋਟਿਆ ਸਾਹਿਬ ਬੀਜੇਪੀ ਜੁਆਇਨ ਕਰਾ ਰਿਹਾ ਕਦੇ ਅਸਾਤੇ ਨਹੀਂ ਹੈ ਕਿ ਆਂ ਜਿਉਂ ਤੁਹਾਨੂੰ ਲੱਗਾ ਦਾ ਕਿ ਆਂ ਜੀ ਫੈਕਟਰ ਪਾਰਟੀ ਜਿਹੜੀ ਹੈ ਉਹ ਸਾਫ ਆਪਣੇ ਸਫਲ ਨਹੀਂ ਉਭਾਰੀ ਹੈ ਤੇ ਲੇਕਿਨ ਆ ਕਿ ਚਲੋ ਬੀਜੇਪੀ ਮਜ਼ਬੂਤ ਹੋ ਉੱਥੇ ਉਰੇ ਚਲੀਏ ਤੇ ਕੋਈ ਆਸਾ ਤੇ ਨਹੀਂ ਹੈ ਅ ਜਿਹੜੀ ਸ਼ਾਮ ਲਾਲ ਹੁੰਦਾ ਐ ਅਸੇ ਜਦੋਂ ਇੰਟਰਵਿਊ ਲਿਆ ਤਾਂ ਆਖਦੇ ਡੰਕੇ ਦੀ ਚੋੜ ਪਰ ਆਖਿਆ ਕਿ ਅਸੇ ਜਾਇ ਨਹੀਂ ਸਕਦੇ ਲੇਕਿਨ ਦੇਖਿਆ ਤੇ ਮਹੀਨੇ ਦੋ ਮਹੀਨੇ ਬਾਅਦ ਚਲੀਏ ਐਸਾ ਐਸਾ ਹੈ ਕਿ ਅਸ ਸਾਡੀ ਇੱਕ ਐਨਜੀਓ ਡੋਗਰਾ ਕਰੰਦ ਦਲ ਉਸ ਸਾਡੀ ਇੱਕ ਬੜੀ ਟੀਮ ਐ ਉਸੇ ਚਲਾਉਂਦੀ ਐ ਉਹਦੇ ਪਰ ਅਸ ਕਾਫੀ ਇਸ਼ੂਜ਼ ਉੱਪਰ ਕੰਮ ਕਰਨੇ ਆ ਉਹਦੇ ਚ ਅਸੇ ਇੱਕ ਡਰੱਗਸ ਬੜਾ ਇੱਕ ਮੇਨ ਇਸ਼ੂ ਲੈਦਾ ਉਹਦੇ ਚ ਉਹਦੇ ਚ ਪਿਛਲੇ 2-3 ਸਾਲ ਦਾ ਨਾ 3-3 ਸਾਲ ਪਲੱਸ ਹੋਏ ਹੋਏ ਪਿਛਲੇ ਕੋਰੋਨਾ ਸ਼ੁਰੂ ਹੋਣੇ ਵੇਗਨੇ ਐਕਟੀਵਿਟੀ ਨਹੀਂ ਹੋਈ ਸਕੇ 7-8 ਮਹੀਨੇ ਦੀ ਤਾਂ ਉਹ ਕਾਫੀ ਗਰਾਊਂਡ ਪਰ ਗਰਾਊਂਡ ਵਰਕ ਕਰ ਰਹੇ ਆਂ ਯਾ ਮਤਲਬ ਐਖਵਾ ਰੇਡੀਅਸ ਨਹੀਂ ਉਹ ਤੁਸੀਂ ਦੇਖਿਆ ਵੀ ਹੋਣਾ ਕਿ ਮੈਰਾਥਨ ਕਰਾਣੀ ਆ ਅਵੇਅਰਨੈਸ ਕੈਂਪ ਲੈਣੇ ਉਹ ਕਰਾਣੀ ਬੱਚਿਆਂ ਦਾ 7-8000 ਬੱਚਾ ਜਿਨੀ ਆ ਸੰ ਪੂਰੇ ਨੂੰ ਗਿਆ ਲੱਗਦਾ ਕਿ ਹਾਂ ਨਹੀਂ ਨਹੀਂ ਉਹ ਉਹ ਚਲਾ ਦੇ ਤੇ ਇਨ ਬਿਟਵੀਨ ਕੀ ਹੋਇਆ ਕਿ ਪ੍ਰਧਾਨ ਮੰਤਰੀ ਨੇ ਲਾਸਟ ਇਅਰ 16 ਅਗਸਤ ਕੀ ਫਿਟ ਇੰਡੀਆ ਮੂਵਮੈਂਟ ਦਾ ਆਗਾਜ਼ ਕੀਤਾ ਗਵਰਨਮੈਂਟ ਆਫ ਇੰਡੀਆ ਨੇ ਪ੍ਰਧਾਨ ਮੰਤਰੀ ਜੀ ਨੇ ਤੇ ਜਿਲੇ ਆਗਾਜ਼ ਕੀਤਾ ਤੇ ਅਸੀਂ ਲੱਗਿਆ ਕਿ ਅਸੀਂ ਜਿਹੜੀ ਆਲਰੇਡੀ ਇੱਕ ਐਕਟੀਵਿਟੀ ਕਰਾਣੇ ਆ ਤਾਂ ਉਸ ਇੱਕ ਗਵਰਨਮੈਂਟ ਆਫ ਇੰਡੀਆ ਦਾ ਪ੍ਰਧਾਨ ਮੰਤਰੀ ਜੀ ਦਾ ਇੱਕ ਅੱਛਾ ਇੱਕ ਗੋਲ ਚ ਫਿਰ ਤੋਂ ਨਿਕਲਣਾ ਹਾਂ ਜੀ ਅੱਛਾ ਅੱਛਾ ਇੱਕ ਉਹਨੇ ਸਟੈਪ ਗਿਆ ਜਿਹੜਾ ਆਲਰੇਡੀ ਅਸੀਂ ਕਰਨੇ ਆ ਫਿਟ ਇੰਡੀਆ ਆਸ ਜਿਹੜਾ ਬੱਚੇ ਦੜਾਣ ਨੇ ਆ ਮੈਰਾਥਨ ਕਰਾਣੇ ਆ ਉਹਨੇ ਅਵੇਅਰ ਕਰਾਣੇ ਆ ਜਗ ਫਿਜ਼ੀਕਲੀ ਫਿਟਨੈਸ ਦਾ ਮੰਦਰ ਦੇਣਾ ਤਾਂ ਪ੍ਰਧਾਨ ਮੰਤਰੀ ਜੀ ਨੇ ਕੀਤਾ ਅਸੀਂ ਲੱਗਿਆ ਕਿ ਅੱਛਾ ਹੈ ਉਹਨੇ ਇੱਕ ਅੱਛਾ ਸੇ ਅਸੀਂ ਕੀ ਕੀਤਾ ਕਿ ਉਹ ਉਸੇ ਲਾਸਟ ਇਅਰ 16 ਅਗਸਤ ਨੂੰ ਨਾ ਕੀਤਾ ਤੇ ਮੇਰਾ ਖਿਆਲ ਉਹ ਜੰਮੂ ਚੋਂ ਹੀ ਤੁਸੀਂ ਪਤਾ ਹੋਣਾ ਕਿ ਉਹ ਕਾਫੀ ਵੱਡੀ ਮਤਲਬ ਜੰਮੂ ਚ ਮਤਲਬ ਕਾਫੀ 7-800 ਯੂਥ ਜਿਹੜਾ ਹੈ ਸੜਕਾਂ ਪਰ ਨਿਕਲਿਆ ਔਰ ਉਸਨੇ ਡੈਡੀਕੇਟ ਕੀਤੀ ਫਿਟ ਇੰਡੀਆ ਮੂਵਮੈਂਟ ਕੀ ਔਨ ਦਾ ਬਰਥਡੇ ਆਫ ਪ੍ਰਧਾਨ ਮੰਤਰੀ ਜੀ ਤੇ ਉਹਦੇ ਕਿੰਨੇ ਵੱਡੀ ਚਰਚਾ ਚਲੀ ਕਿ ਮਹਾਰਾ ਇਹ ਤੇ ਵੀ ਇਹ ਵੀ ਜੈਨ ਕਰਦਾ ਹੈ ਪੈਂਥਰ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਤੇ ਮੋਦੀ ਸਾਹਿਬ ਦੇ ਜਨਮ ਦਿਨ ਪਰ ਬਣਾਦਾ ਤੋ ਕੁਸ਼ਨ ਇਹ ਹੈ ਕਿ ਮੈਂ ਮੈਂ ਉਹਨੇ ਲੀਡਰ ਨਹੀਂ ਹੈ ਅਗਰ ਪ੍ਰਧਾਨ ਮੰਤਰੀ ਜੀ ਅੱਛਾ ਕੰਮ ਕਰ ਰਹੇ ਹੈ ਅਸੀਂ ਉਹਦੀ ਸ਼ਰਮ ਕੀ ਆਖਣੀ ਹੈ ਅੱਛਾ ਕਰ ਰਹੇ ਹੈ ਅਗਰ ਉਹ ਉਹਦੀ ਗਵਰਨਮੈਂਟ ਕੋਈ ਐਸਾ ਕਾਨੂੰਨ ਕੱਢਾ ਦੀ ਉਹਦੇ ਖਿਲਾਫ ਹੀ ਤੇ ਬਸ ਬੋਲਣੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਅੱਛਾ ਕੰਮ ਕਰ ਚਾ ਤਾਂ ਬੀਜੇਪੀ ਹੋਈ ਹੈ ਤੇ ਮਾੜਾ ਕੰਮ ਕਰ ਚਾ ਬੀਜੇਪੀ ਦੇ ਖਿਲਾਫ ਹੋਈ ਹੈ ਜਾਂ ਕਾਂਗਰਸ ਹੈ ਆ ਗਵਰਨਮੈਂਟ ਹੈ ਜਿੱਥੇ ਗਲਤ ਕਰਾ ਦੇ ਤਾਂ ਐਜ਼ ਅ ਆਪੋਜੀਸ਼ਨ ਸਾਡੀ ਸਾਰੀ ਜ਼ਿੰਮੇਵਾਰੀ ਹੈ ਠੀਕ ਉੱਪਰ ਵੀ ਅਸੀਂ ਪੋਜ਼ਿਟਿਵ ਕਰਨਾ ਔਰ ਜਿੱਥੇ ਗਲਤ ਹੈ ਉੱਥੇ ਵੀ ਲੋਕਾਂ ਨੂੰ ਜਾਗਰੂਕ ਕਰਨਾ ਸਰ ਜਿਸ ਹਿਸਾਬ ਨੇ ਆਪਾਂ ਕਹਿਆ ਤੇ ਰੀਨਲ ਪਾਰਟੀਆਂ ਜੰਮੂ ਦੇ ਵਿੱਚ ਰਿਸਪਾਂਸ ਮਿਲਿਆ ਮਤਲਬ ਕਿ ਕੋਈ ਰਿਸਪਾਂਸ ਨਹੀਂ ਸੀ ਕਿ ਲੋਕੇ ਨਕਾਰੀ ਉੜਿਆ ਕਸ਼ਮੀਰ ਦੀ ਗੱਲ ਕਰਚਿਆ ਉਧਰ ਰੀਨਲ ਪਾਰਟੀ ਜਿਹੜੀ ਬੜੀ ਸਟਰੋਂਗ ਨਾ ਗੁਪਕਾਰ ਗੈਂਗ ਜਿੱਤੇ ਫਿਰ ਬੜੇ ਨੇ ਉਹ ਕਰਾ ਰਹੇ ਉਹਨੇ ਵੀ ਆਪਣਾ ਖਾਤਾ ਇੱਥੇ ਖੋਲੀ ਲਿਆ ਖਾਤਾ ਕਿ ਪਹਿਲੇ ਵੀ ਆਇਆ ਹੈ ਲੇਕਿਨ ਨਾਮ ਜਿਹੜਾ ਗੈਂਗ ਦੇ ਦਿੱਤਾ ਗਿਆ ਤੇ ਗੈਂਗ ਇੱਥੇ ਕਾਮਯਾਬ ਹੀ ਹੋਈ ਆ ਰਿਆਸੀ ਅਗਰ ਅਮ ਉੱਥੇ ਗੱਲ ਬਤੇ ਰਜੋਰੀ ਪੁੰਛ ਡੋਡਾ ਇਧਰ ਤੇ ਕੀ ਆਦੇ ਬਲਾ ਰੀਨਲ ਪਾਰਟੀ ਦਾ ਵਜੂਦ ਹੈ ਜੰਮੂ ਦੀ ਰੀਨਲ ਪਾਰਟੀ ਦਾ ਜੰਮੂ ਚ ਆ ਬੇਸਿਕਲੀ ਜਿਹੜੀ ਰਿਐਲਿਟੀ ਗਰਾਉਂਡ ਰਿਐਲਿਟੀ ਹੈ ਕਿ ਜੰਮੂ ਕਸ਼ਮੀਰ ਦੇ ਅੰਦਰ ਜਿਹੜੀ ਵੀ ਰੀਜਨਲ ਪਾਰਟੀ ਲੋਕਲ ਪਾਰਟੀ ਬਣੀ ਜੇ ਉਸੇ ਕੇਂਦਰ ਦਾ ਜਿੰਨੀ ਤੱਕ سپورਟ ਨਹੀਂ ਹੋਇਆ ਤਾਂ ਉਹਨੇ ਪਾਰਟੀ ਅਗਰ ਕਾਮਯਾਬ ਹੋਵੇ ਉਹਨੇ سپورਟ ਆ ਜੇਕਰ ਅਗਰ ਤਾਂ ਉਸ ਦਿਖ ਲਾਉਣਾ ਨੈਸ਼ਨਲ ਕਾਨਫਰੰਸ ਜਿਹੜਾ ਸ਼ੇਖ ਅਬਦੁੱਲਾ 75 ਜਬਾਰ ਆਇਆ ਤਾਂ ਕਿਸ਼ਬ ਨਹੀਂ ਹੈ ਕਿਸ਼ਨ ਇਹ ਐਮਐਲਏ ਵੀ ਨਹੀਂ ਹੈ ਤਾਂ ਕਾਂਗਰਸ ਨੇ ਪੂਰੀ ਕੁਰਸੀ ਛੱਡੀ ਹੋਣੀ ਚਾਹੀਦੀ ਮਿਨਿਸਟਰੀ ਕੁਰਸੀ ਪਰ ਬਿਠਾਈ ਤਾਂ ਜਾਨੀ ਕਿ ਇਹਦੀ ਕ੍ਰੀਏਸ਼ਨ ਜਿਹੜੀ ਹੈ ਕਾਂਗਰਸੀ ਕ੍ਰੀਏਸ਼ਨ ਨੈਸ਼ਨਲ ਕਾਨਫਰੰਸ ਹੈ ਪੀਡੀਪੀ ਭਾਜਪੀ ਦੀ ਕ੍ਰੀਏਸ਼ਨ ਹੈ ਕਸ਼ਮੀਰ ਦੇ ਅੰਦਰ ਕੋਈ ਵੀ ਪਾਰਟੀ ਐਟ ਇਟਸ ਓਨ ਨਹੀਂ ਹੈ ਆਪਣੇ ਲੈਵਲ ਉੱਪਰ ਨਹੀਂ ਹੈ ਉਹ ਕੇਂਦਰ ਦੀ سپورਟ ਕਰਨਾ ਹੈ ਔਰ ਜਾਣਦੇ ਹੋ ਜਿਹੜੀ ਜਿਹੜੀ ਜੰਮੂ ਦੀ ਜਿਹੜੀ ਜੰਮੂ ਚ ਬੇਸਿਕਲੀ ਕਾਂਗਰਸ ਕੀ ਵੀ ਲੱਗਦਾ ਕਾਂਗਰਸ ਕੀ ਵੀ ਲੱਗਦਾ ਕਿ ਆ ਇੱਥੇ ਅਗਰ ਜਿਹੜੀ ਕੋਈ ਰੀਜਨਲ ਪਾਰਟੀ ਉੱਭਰ ਕੇ ਤਾਂ ਸਾਡਾ ਬੋਰਡ ਬੈਂਕ ਖਾਣਾ ਜਿੱਥੇ ਕਾਂਗਰਸ ਪਾਵਰ ਸੀ ਔਰ ਬੀਜਪੀ ਨੂੰ ਲੱਗਦਾ ਕਿ ਜੇ ਅਗਰ ਰੀਜਨਲ ਪਾਰਟੀ ਕੋਈ ਉੱਭਰ ਕੇ ਤਾਂ ਸਾਡਾ ਬੋਰਡ ਬੈਂਕ ਖਾਣਾ ਤਾਂ ਹਰ ਸੂਰਤ ਵਿੱਚ ਹਰ ਉਹਨੇ ਉਹਨਾ ਪੇਟੀਆਂ ਬਦਲਣਾ ਪਾਉਣ ਉਹਨਾ ਸਟਰੰਗ ਰੂਮ ਤੋੜਨਾ ਪਾਉਣ ਉਹਨਾਂ ਮਤਲਬ ਉਹਨੇ ਮਸ਼ੀਨੀ ਕੀ ਉਪਯੋਗ ਕਰਨਾ ਪਵਾਇਆ ਤਾਂ ਉਹਨੇ ਇਸੀ ਹਰ ਹਾਲਤ ਵਿੱਚ ਜੰਮੂ 'ਚ ਆਪਣਾ ਜਿਹੜਾ ਆਧਾਰ ਬਣਾਣਾ ਝੂਠਾ ਜਾਂ ਸੱਚਾ ਬਣਾਈ ਹੈ ਨੈਸ਼ਨਲ ਇੰਟਰਨੈਸ਼ਨਲ ਲੈਵਲ ਪਰ ਸ਼ੋਅ ਕਰਨਾ ਹੈ ਲੇਕਿਨ ਇੱਕ ਗੱਲ ਮੈਂ ਆਖਣਾ ਚਾਹੁੰਦਾ ਕਿ ਉਹਨਾਂ ਨੇ ਦਿਖਿਲੇ ਕਿ ਇਹਨੇ ਕਿਹੜੇ ਕਿਹੜੇ ਜੰਮੂ ਦੀ ਪਾਰਟੀ ਤਿਗੜਮ ਤਿਗੜਮ ਕਿਹੜੇ ਕਿਹੜੇ ਲਾਏ ਜੰਮੂ ਦੀ ਰੀਲ ਪਾਰਟੀ ਹੈ ਕੇਂਦਰ ਕਿਉਂ ਨਹੀਂ ਹੈ ਉਹ ਕਰਦੀ ਹੈ سپورਟ ਕਰਦੀ ਹੈ बेसिकली जम्मू ਦਾ ਨਾਮ ਪਰ ਹੋਰ ਗਰੰਟਡ ਲੈ ਲ ਰਿਹਾ ਕਿ ਜੰਮੂ ਦੇ ਲੋਕੀ ਕੋਈ ਸਮੱਸਿਆ ਨਹੀਂ ਹੈ ਦੇਖੋ ਜੰਮੂ ਦੇ ਲੋਕਾਂ ਦੇ ਬੇਸਿਕਲੀ ਹੈ ਕਿ ਜੰਮੂ ਦੇ ਲੋਕ ਅਗਰ ਪੂਰੇ ਨੈਸ਼ਨਲ ਲੈਵਲ ਉਪਰ ਦੇਖਿਆ ਜਾਏ ਤੇ ਜੰਮੂ ਦੇ ਲੋਕ ਸਾਰੇ ਕੋਲ ਮੈਨੂੰ ਹਾਰਡ ਕੋਰ ਨੈਸ਼ਨਿਸਟ ਹਾਰਡ ਕੋਰ ਇਨ ਦ ਰਗ ਰਗ ਚ ਹਿੰਦੁਸਤਾਨ ਬਸੇਦਾ ਇਨੀ ਮਾਰੇੜੋ ਕੋਟੜੋ ਬਡੜੋ ਫਾਕੇ ਰਕੋ ਇਨੀ ਰੋਟੀ ਦਿਓ ਨਹੀਂ ਦਿਓ ਲੇਕਿਨ ਨੈਸ਼ਨਲਿਜ਼ਮ ਬਜ਼ਵਰਦਸ ਹੈ ਔਰ ਇਹ ਪਤਾ ਨੈਸ਼ਨਲ ਪਾਰਟੀ ਕੀ ਕਿ ਇਹਨੇ ਕੁਝ ਖਿਲਾਫ ਨਹੀਂ ਹਾਂ ਇਹ ਸਾਡਾ ਖਿਲਾਫ ਨਹੀਂ ਜਾਈ ਸਕਦੇ ਦੇਸ਼ ਦੇ ਵਿਰੋਧੀ ਜਾਈ ਨਹੀਂ ਸਕਦੇ ਇਸ ਵਾਸਤੇ 70 ਸਾਲ ਰਗੜਾ ਲੱਗਿਆ ਹੁਣ ਅਗਲੇ 70 ਹੋ ਦੇਣਾ ਨੇ ਰਗੜਾ ਸਰਾਂ ਲੇਕਿਨ ਰੱਬ ਦਾ ਅਸ਼ੀਰਵਾਦ ਚਾਹੀਦਾ ਤੁਹਾਡਾ ਜੈਸੇ ਪਰਾਂ ਦਾ ਸਪੋਰਟ ਚਾਹੀਦਾ ਇਨੀ ਇੱਕ ਦਿਨ ਹਾਰ ਨਹੀਂ ਨਾ ਮੰਨੀ ਦੀ ਆ ਤੁਸੀਂ ਹਾਰ ਹਾਰ ਹੈਗੇ ਨਹੀਂ ਆ ਨਾ ਹਾਰੇ ਕੁਥੇ ਹਨ ਅਗਰ ਸੀਟ ਇੱਕ ਸੀਟ ਨਹੀਂ ਮਿਲਣਾ ਨਹੀਂ ਮਿਲਣਾ ਮੈਂ ਇੱਕ ਸਾਡੇ ਕੇ ਯੂਵਾ ਇੱਕ ਨੇਤਾ ਨਾ ਉਹਦੇ ਨਾਲ ਪੁੱਛਿਆ ਨਾ ਅਸੇ ਭਲਾ ਨਹੀਂ ਸਾਈਕਲ ਪੈਂਚਰ ਹੋਈ ਆ ਕਰਦੇ ਅਤੀ ਉਹਨਾਂ ਟਾਇਰ ਕਿ ਬਦਲੀ ਉਹਨਾਂ ਸੇ ਟਿਊਬਲੈਸ ਟਾਇਰ ਲਿਆ ਮੈਂ ਬੇਸਿਕਲੀ ਕੀ ਆ ਕਿ ਜਿਹੜਾ ਇਲੈਕਸ਼ਨ ਹਾਰਦੇ ਤੇ ਜਿਹਨੇ ਲੋਕੀਂ ਦੁਖ ਲੱਗੇਦਾ ਹੁੰਦਾ ਤੇ ਉਹ ਵਿਚਾਰੇ ਜਿਹੜੇ ਜਿਹੜੇ اپੋਜੀਸ਼ਨ ਦੇ ਜਿੰਦੇ ਜਿਹਨੇ ਹੀ ਲੱਗੇਦਾ ਆਸੇ ਪਰੇਸ਼ਾਨ ਹੋਦੇ ਸੜੀ ਵੀ ਨੇ ਉਹਨੇ ਤਾਂ ਮਾਤਾ ਕਿ ਚੱਕਣਾ ਉਹਨੇ ਮਾਤਾ ਕਿ ਚੱਕਣਾ ਲੇਕਿਨ ਇੱਕ ਗੱਲ ਆਣਾ ਚਾਹੀਦੀ ਹੈ ਨਹੀਂ ਟਾਇਰ ਤੇ ਸੜਾ ਆ ਲਈ ਉਹ ਟਿਊਬਲੈਸ ਐਸਾ ਪੈਂਚਰ ਹੋਣ ਨਹੀਂ ਦਿੰਦਾ ਐਸਾ No queue, no waiting, no security check. Just one click and delivery at your doorstep. We are F3. Fast, fresh, easy. Your online supermarket. Kuch bhi, kahibhi, kabhibhi. Jammu ka abna F3. Download now at Play Store and get 100 rupees cash back.